ਅਸੀਂ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵੀ ਤੁਹਾਡਾ ਸਵਾਗਤ ਕਰਦਾ ਜ਼ਹਿਰੀਲੀ ਸ਼ਰਾਬ ਨੇ ਪੰਜਾਬ ਤੇ ਤਿੰਨ ਜ਼ਿਲ੍ਹਿਆਂ ਵਿੱਚ ਇਹੋ ਜਿਹਾ ਕਹਿਰ ਮਚਾਇਆ ਹੋਇਆ ਜਿਸ ਦਾ ਕਿਸੇ ਵੀ ਸਿਆਸਤ ਕੋਲੇ ਜਵਾਬ ਨਹੀਂ ਗਾ ਸਿਆਸਤ ਤਪੀ ਹੋਈ ਹੈ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਇਸ ਦੇ ਵਿੱਚ ਸਿਆਸਤ ਇਹੋ ਜਿਹੀ ਵੀ ਹੋ ਰਹੀ ਹੈ ਜਿੰਦੀ ਇਸ ਵੇਲੇ ਜ਼ਰੂਰਤ ਨਹੀਂ ਹੈਗੀ ਪਰ ਇਹ ਸਿਆਸਤ ਕਿਸੇ ਪੱਧਰ ਤੱਕ ਲੈ ਕੇ ਜਾਊਗੀ ਇਸ ਮੁਹਿੰਮ ਨੂੰ ਸਵਾਲ ਇਹ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਤੋਂ ਇੱਕ ਸਵਾਲ ਪੁੱਛਿਆ ਗਿਆ ਸੀਗਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਪਰ ਹੁਣ ਅਸੀਂ ਪੁੱਛ ਰਹੇ ਹਾਂ ਕੌਣ ਚਾਹੁੰਦਾ ਬਲਦੇ ਰਹਿਣ ਸਿਵੇ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਅਤੇ ਸਵਾਲ ਇੱਕੋ ਪੁੱਛਾਂਗੇ ਅਸੀਂ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਵਿੱਚ ਪੰਜਾਬ 'ਚ ਖਾਕੀ ਅਤੇ ਖਾਦੀ ਦਾ ਨਸ਼ੇ ਵਾਲਾ ਨੈਕਸਸ ਕਿਉਂ ਨਹੀਂ ਟੁੱਟਦਾ ਗਾ ਹਾਲਾਂਕਿ ਇਸ ਨੈਕਸਸ ਵਾਲੇ ਸਵਾਲ 'ਤੇ ਸਿਆਸਤਦਾਨਾਂ ਨੂੰ ਗੁੱਸਾ ਵੀ ਆਊਗਾ ਅਤੇ ਉਹਨਾਂ ਵੀ ਚਾਹੀਦਾ ਕਿਉਂਕਿ ਪੀੜਤ ਪਰਿਵਾਰਾਂ ਨੂੰ ਗੁੱਸਾ ਆ ਰਿਹਾ ਜਿਹੜਾ ਪੈਨਲ ਸਾਡਾ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾ ਰਿਹਾ ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਵਿਰਸਾ ਸਿੰਘ ਬਲਟੋਆ ਸਾਬਕਾ CPS ਨੇ ਅਕਾਲੀ ਦਲ ਦੇ ਬੁਲਾਰੇ ਆ ਬਲਟੋਆ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਇਹਨਾਂ ਦਾ ਇਲਾਕਾ ਇਹਨਾਂ ਨੂੰ ਪਤਾ ਉੱਥੋਂ ਦੇ ਬਾਰੇ ਸਭ ਕੁਝ ਕੀ ਹੋ ਰਿਹਾ ਗੁਰਪ੍ਰੀਤ ਚਾਵਲਾ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਜਸ ਪੰਜਾਬੀ ਦੇ ਅਤੇ ਇਹ ਉਸੇ ਲੋਕੇਸ਼ਨ 'ਤੇ ਖੜ੍ਹੇ ਆ ਜਿੱਥੇ ਸਭ ਕੁਝ ਕਹਿਰ ਵਾਪਰਿਆ ਉਸੇ ਗਲੀ ਦੇ ਬਾਹਰ ਹੈ ਗੁਰਪ੍ਰੀਤ ਚਾਵਲਾ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਲ ਕਿੰਗਰਾ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ ਕਿੰਗਰਾ ਸਾਹਿਬ ਜਾਂਚ ਤੁਸੀਂ ਵੀ ਕਹਿ ਰਹੇ ਹੋ ਜਾਂਚ ਹੋ ਰਹੀ ਹੈ ਵਿਰੋਧੀ ਵੀ ਕਹਿ ਰਹੇ ਆ ਜਾਂਚ ਆ ਹੋਣੀ ਚਾਹੀਦੀ CBI ਜਾਂਚ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਸਿਟੀ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਸਰ ਕਿੰਨੀਆਂ ਜਾਂਚਾਂ ਹੋਣਗੀਆਂ ਮੈਂ ਤਾਂ ਕਹਿੰਦਾ ਜਿਹੜੇ ਸਿਆਸਤਦਾਨ ਦੇ ਨੈਕਸਸ ਸਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਪਹਿਲਾਂ ਕਿੰਗਰਾ ਸਾਹਿਬ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਮੰਗ ਭਾਗੀ ਘਟਨਾ 'ਤੇ ਮੈਂ ਬਹੁਤ ਉਸਦਾ ਪ੍ਰਗਟਾਵਾ ਕਰਦਾ ਔਰ ਮੈਂ ਜਿਹੜੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹ ਉਹਨਾਂ ਦੀ ਡੈਥ ਹੋਈ ਆ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ ਔਰ ਉਹਨਾਂ ਦੇ ਬ੍ਰੈਡ ਵਿਨਰ ਜਿਹੜੇ ਆ ਉਹ ਇਸ ਦੁਨੀਆ ਤੋਂ ਚਲੇ ਗਏ ਬੜੀ ਮੰਗ ਭਾਗੀ ਘਟਨਾ ਹੈ ਲੇਕਿਨ ਦੇਖੋ ਹਰ ਬੰਦਾ ਕਹਿੰਦਾ ਕਿ ਨੈਕਸਸ ਹੈ ਸਵਾਲ ਇਹ ਹੈ ਕਿ ਨੈਕਸਸ ਓਪਰੇਟ ਕਰਦਾ ਹੈ ਔਰ ਓਪਰੇਸ਼ਨ ਕਰਨ ਤੋਂ ਬਾਅਦ ਇਲੈਕਸ਼ਨ ਕਰਦਾ ਹੈ ਉਦੋਂ ਬਾਅਦ ਸਰਕਾਰ ਜਿਹੜਾ ਉਹ ਕਿੱਡਾ ਸਖ਼ਤ ਕਦਮ ਚੱਕਦੀ ਹੈ ਇਹ ਜਿਹੜੀ ਹੈ ਚੀਜ਼ ਦੇਖਣ ਵਾਲੀ ਹੁੰਦੀ ਹੈ ਪੰਜਾਬ ਸਰਕਾਰ ਫੁੱਲੀ ਅਵੇਅਰ ਹੈ ਮੈਜਿਸਟਰੀਅਲ ਜਾਂਚ ਦਾ ਤੁਸੀਂ ਹੁਕਮ ਦਿੱਤਾ ਹੋਇਆ ਉਹਦੇ ਵਿੱਚ ਜਾਂਚ ਸਰ ਕੌਣ ਕੌਣ ਕਰੂਗਾ ਤੁਸੀਂ ਜਲੰਧਰ ਤੋਂ ਜਿਹੜੀ ਡਿਊਟੀ ਲਾਈ ਹੈ ਜਿਹੜਾ ਕਨੈਕਸ਼ਨ ਦੱਸਿਆ ਜਾ ਰਿਹਾ ਨੈਕਸਸ ਦੱਸਿਆ ਜਾ ਰਿਹਾ ਸਰ ਜਿੰਦਾ ਨੈਕਸਸ ਹੈ ਸਰ ਉਹਦੀ ਜਾਂਚ ਉਹੀ ਕਰੂਗਾ ਦੇਖੋ ਜਦੋਂ ਮੈਜਿਸਟਰੀਅਲ ਜਾਂਚ ਹੁੰਦੀ ਹੈ ਉਹਦਾ ਇੱਕ ਪ੍ਰੋਟੋਕਾਲ ਹੁੰਦਾ ਉਹ ਕਿਸੇ ਵੀ ਭਾਰਤ ਦੇ ਸਿਟੀਜ਼ਨ ਨੂੰ ਐਜ਼ ਏ ਮੈਜਿਸਟਰੇਟ ਉਹ ਜਾਂਚ ਇਹਨੂੰ ਕਹਿੰਦੇ ਮੈਜਿਸਟਰੀਅਲ ਜਾਂਚ ਉਹਦੀ ਹਾਜ਼ਰੀ ਕੰਪਲਸਰੀ ਕਰ ਸਕਦਾ ਜੇ ਉੱਥੇ ਹਾਜ਼ਰੀ ਦੇਣ ਤੋਂ ਜਵਾਬ ਦਿੰਦਾ ਤਾਂ ਉਹਨੂੰ ਅਰੈਸਟ ਕਰਕੇ ਉਹਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਇਹ ਅੰਦਰ ਕੋਲੇ ਪਾਵਰ ਹੈ ਮੈਜਿਸਟਰੇਟ ਕੋਲੇ ਉਹਨੂੰ ਮੈਜਿਸਟਰੇਟ ਜਾਂਚ ਕਿਵੇਂ ਕਰਦਾ ਸਿਰਫ ਇਹ ਦੇਖਣਾ ਸਰ ਸਰ ਮੈਜਿਸਟਰੀਅਲ ਜਾਂਚ ਕੌਣ ਕਰਦਾ SDM DC ਕੌਣ ਕਰਦਾ ਸਰ ਕਿੰਗਰਾ ਸਾਹਿਬ ਰੋਕ ਲਾ ਲਈ ਹੁਣ ਕਿਹੜੀ ਜਾਂਚ ਕਰਨਗੇ ਉਹ ਦੇਖੋ ਕ੍ਰਾਈਮ ਦੇ ਵਿੱਚ ਰੋਕ ਤੁਹਾਡਾ ਕੀ ਖਿਆਲ ਹੈ ਕਿ ਉਹ ਕ੍ਰਾਈਮ ਦੇ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ ਇਹ ਹੁੰਦਾਗਾ ਉਹ ਦੇਖੋ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕ੍ਰਾਈਮ ਹੋ ਸਕਦਾ ਹੈਗਾ ਉਹਦੀ ਜਿਹੜੀ ਜਾਂਚ ਹੈ ਉਹ ਉਸ ਜ਼ਿਲ੍ਹੇ ਦਾ ਅਫਸਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾਗਾ ਠੀਕ ਹੈ ਕੇਂਦਰ ਸਾਹਿਬ ਬਲਟੋਆ ਸਾਹਿਬ ਤੁਸੀਂ ਵੀ ਜਾਂਚ ਦੀ ਮੰਗ ਕਰਦੇ ਪਏ ਹੋ ਸਰ ਜਾਂਚ ਹੋਣੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਹਾਂ ਸਰ ਬਲਟੋਆ ਸਾਹਿਬ ਸਰ ਸਵਾਲ ਇਹ ਹੈ ਬਲਟੋਆ ਸਾਹਿਬ ਇਹ ਨੈਕਸਸ ਕਿੰਨੇ ਸਾਲਾਂ ਚੱਲਦਾ ਪਿਆ ਜੇ ਮੈਂ ਨਾਮ ਲਵਾਂ ਬਲਵਿੰਦਰ ਕੌਰ ਦਾ ਜੇ ਮੈਂ ਨਾਮ ਲਵਾਂ ਤ੍ਰਿਵੇਣੀ ਚੌਹਾਨ ਦਾ ਜੇ ਮੈਂ ਨਾਮ ਲਵਾਂ ਮਨਜੀਤ ਕੌਰ ਦਾ ਸਰ ਇਹ ਕਦੋਂ ਤੀਕਰ ਚੱਲੂਗਾ ਸਭ ਕੁਝ ਬਲਟੋਆ ਸਾਹਿਬ ਦੇਖੋ ਸਭ ਤੋਂ ਪਹਿਲਾਂ ਤੇ ਕੇਪੀ ਜੀ ਜਿਹੜਾ ਇਹ ਕਹਿਰ ਵਾਪਰਿਆ ਹੈ ਦੁਕਾਨ ਤੋਂ ਵਾਪਰਿਆ ਹੈ ਉਹਦੇ ਉੱਤੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੇ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਾ ਔਰ ਪੀੜਤ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਮੈਂਬਰ ਤੁਰ ਗਏ ਨੇ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ KP ਜੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਅਮਰਿੰਦਰ ਸਿੰਘ ਦੀ ਸਰਕਾਰ
जिहड़ी सौ खाते कसम मत्थे नूं ला के पंजाब चो नशे जिहड़े चार महीनिया च खत्म कर देना भावें बाद उन्होंने होर भी बड़े बड़े वड्डे वड्डे कीते पर खास करके नशे के उत्ते जिहड़ी उन्होंने बीते विच सियासत कीती ते सौ खाधी अज सौ कि नजर नहीं आती तो सौ पुठी पी नजर आ रही है क्योंकि लोगों ने धोखा नहीं किया सौ का विखावा करना धोखा किया और जितों तक पंजाब के अंदर शराब की नजायज समगलिंग का संबंध है ये मेरा ख्याल है जदों की कैप्टन अमरिंदर सिंह की सरकार बनी है ये चर्चे चलते रहे। बटुआ साहब मैं सवाल ये नहीं किया सर, बटुआ साहब मैं सवाल ये किया सर जिहड़ा लेडी कनैक्शन सामने आ रहा सर बलविंदर कौर कदों का कारोबार करती पी है गुरदासपुर के त्रिवेणी चौहान कदों का कारोबार करती पी है सर उनके बारे तुम्हें इलम है बटुआ साहब? नहीं मैनू ये बारे कोई जानकारी नहीं पर जे कर दियां ने कदों तो भी कर दियां ने रोकना प्रशासन का काम है। और दूसरी गल जी सब तो वड्डी गल जी है कि तुम ये दस दौ कि जिहड़ी शराब की जिहड़ी समगलिंग दे दोष है ये असीं नहीं लाए असीं ते गल करदे करदे कल्ले असीं नहीं लाए कांग्रसियां ने भी एक दूजे ते लाए ते होया कख नहीं ते जो कार्रवाई कोई नहीं हुई ते कार्रवाई इस करके नहीं हुई ते कैप्टन अमरिंदर सिंह ने पूरी खुली छुट्टी दी हुई है ते कांग्रसियां दे ने हौसले वध गए ते जहर परोसन लग पए ते जहर परोसन करके ही जिहड़ी है जहरीली शराब जिहदी सप्लाई कीती गई है जिहदे नाल लगभग सवा सत उत्ते मौतां हो गईयां ने ते सब तो वध कहर जिहड़ा आ तरन तारण जिले च होया है और खास करके खडूर साहब हल्के च रमनजीत सिंह सिक्की के हल्के च जिन्हें जो कैप्टन अमरिंदर सिंह ने सौ खा दी सी ते गुटका साहब हाथ च फड़ाया सी उस रमनजीत सिंह सिक्की के हल्के च सठ तो वध मौतां दा कहर जिहड़ा आ वापर चुका है बड़ा दुखदाई है सरकार इह तों भज नहीं सकदी और पीड़ित परिवार जिहड़े ने ताहां मार मार के रौला पा पा के कह रहे ने कि साढ़े दोषी कौन है इत्थे शराब का धंधा कौन करता है शराब का कारोबार कौन करता है असीं बड़े चिर दे रौला पाउंदे सी बड़ियां शिकायतां करदे सी साडी किसे ने सुनवाई नहीं कीती। ठीक है बलटवा साहब, बलटवा साहब तुहानूं बलविंदर कौर बारे नहीं पता किन्ने साल तो काम करदी पई है त्रिवेणी चौहान बारे नहीं पता किन्ने सालों तो यह कारोबार करदी पई है मैनूं सारे दस सकदे हो नजायज़ शराब का धंधा किन्ने सालों तों चलदा पिया? देखो के पी जी मैं तुहाडे तों उम्र च काफी वड्डा है लेकिन असां बच्चों ही वड्डे हां ते मेरा ख्याल है कि किंगरा साहब के जमण तो पहले भी साढ़े जमण तो पहले दिन भी कहानियां है पंजाब च शराब का नजायज का प्रचलन हैगा और भट्ठी फड़ी जानी दम फड़िया जाना चोरी चकारी वाला ये एक पंजाब की बड़ी लंबे समय तो रही है कभी सुनिया डिस्टिलर भी शराब दी शराब दी है वह भी नजायज शराब दी है जिन्हों कांग्रेस पंजाब की धरती के उत्ते बड़िया डिस्टिलरियां फड़िया गई कई फैक्ट्रियां फटी गई इन चलाने वाले कांग्रेसी फड़े गए पर कांग्रेसी थले जो करता धरता बनाई फैक्ट्रिया मदन लाल जलालपुरा कंपोज करके एम एल ए ने महाराष्ट्र खासम खास ने जी खन्ने की फैक्ट्री फड़ी गई जी बेंत सिंह परिवार की है गुरप्रीत कोटली होरा की है कोटली होरा से कोई कार्रवाई हुई किसी से कोई कार्रवाई हुई जो कार्रवाई नहीं हुई तो फिर हौसले तो बदलते बच्चे जो हौसले बदल तो फिर जी है जहर लोगों को परोसा जाए। ठीक है बटुआ साहब, बटुआ साहब कोटली परिवार के खिलाफ तुहाडे कोल सबूत है क्या सर? देखो जिहड़ी खन्ने च फैक्ट्री खड़ी गई है जिहड़ा व्यक्ति उत्थे करता करता उत्थे बनाया होया सी जिहड़ा चला रहा सीगा जिहनूं अगे लाया सीगा ओह कोटली परिवार दा खास खास उहनां दा इक तरह दा परिवारक मैंबर है और लंबे समय तों चल रही सी जदों इह फैक्ट्री ने इक अमृतधारी प्यो पुत्त नूं ते नाल उहनां दे सीरी नूं थाने विच नंगिया कीता वीडियो वायरल होई और एस एच ओ का तबादला होया तो नवा एस एच ओ जो आया उस एस एच ओ ने आन के सब तो पहले जी है काबू की क्योंकि जो पहला कांग्रेस सरकार बनी है वो उसे घराज सी कि उसकी सरपरस्ती नाल हाकी ते खादी ने रल के लेडी कनैक्शन सामने आ रहा है यह सवाल अपने बहुत वड्डा है यह अज का कारोबार नहीं चलता पाया सीगा बहुत सालों का चलता पाया साडे रिपोर्टर ग्राउंड से खड़े आ उन्होंने तो यह सवाल होगा जरूर कौन है बलविंदर कौर ते कौन है त्रिवेणी चौहान वापस आ रहे
लेकिन वड्डा सवाल असी ये डिबेट दे विच रखिया कि पंजाब विच खाकी ते खादी दा नशे वाला नैक्सस क्यों नहीं टुटता गा। गुरप्रीत चावला, बलटोआ साहब ने ये गल बड़ी महत्वपूर्ण कही है कि बड़े वरिया तो यह कारोबार चलते पे है, नाल ही उन्होंने ये कहा कि कैप्टन अमरिंदर सिंह की सरकार दे विच ये नैक्सस नहीं टुटे गए। सवाल यह है कि जिथे तुसी खड़े हो उत्थों त्रिवेणी चौहान का नाम सामने आ रहा, अमृतसर तो बलविंदर कौर का नाम सामने आया, तरन तारण तो मनजीत कौर का नाम सामने आया, हालांकि मनजीत कौर का नाम उस स्थिति में सामने नहीं आया जिवें बलविंदर कौर त्रिवेणी चौहान का नाम सामने आया। ये बलविंदर कौर तो त्रिवेणी चौहान कौदे कारोबार च लगिया सी? देखो जिस जगह पर मैं खड़ा है हाथी गेट बटाला जिथे 11 मौत इस एरिए दे विच हुई है, 11 इत्थे हो चुकी हैं, 2 इसके बिल्कुल नजदीक मोहल्ले दे विच हुई हैं, टोटल 13 मौत इस इलाके ने मातम छाया, 13 मौत हो चुकी। और जे इन्हां लोकां दे परिवारां नाल जां इस एरिए दे लोकां नाल हुण गल, हुण पहले तां उह बोलदे नहीं सी, लेकिन हुण जदों दी उन्हां दी अरैसट होई है उस तों बाद हुण इह मामला सामने आ रहा कि इह जिहड़ा नैक्सस जां जिहड़ा इत्थे धंधा जिहड़ा पिछले काफ़ी सालां तों कह सकदे कि 20-25 सालां तों इह त्रिवेणी चौहान दे परिवार चों ही चला रहे सी। त्रिवेणी चौहान और उसकी एक रिश्तेदार फौजन जिन्हों एक वो 2 लेडीज़ नूं अरैसट किया गया पटाले तों और ਉਹਨੂੰ ਵੀ ਮੇਨ ਅਕਿਊਜ਼ਡ ਵਿੱਚ ਗਿਣਿਆ ਗਿਆ ਔਰ ਦੋਵੇਂ ਲੇਡੀਜ਼ ਇੱਥੇ ਧੰਦਾ ਚਲਾ ਰਹੀਆਂ ਸੀ, 5 ਲੋਕਾਂ ਦੀ ਅਰੈਸਟ ਹੋਈ ਹੈ, ਦੋਵੇਂ ਉਹਨਾਂ ਦੇ ਬੇਟੇ ਨੇ, ਉਹ ਦੋਵੇਂ ਲੇਡੀਜ਼ ਦੇ ਦੋਵੇਂ ਬੇਟੇ, ਮਤਲਬ ਇਹ ਪੂਰਾ ਇੱਕ ਪਰਿਵਾਰ, ਇੱਕ ਇੱਕ ਕਹਿ ਲਓ ਜਨਰੇਸ਼ਨ ਟੂ ਜਨਰੇਸ਼ਨ ਜਿਵੇਂ ਇੱਕ ਕਾਰੋਬਾਰ ਚੱਲਦਾ ਨਾ, ਇੱਕ ਜਨਰੇਸ਼ਨ ਟੂ ਜਨਰੇਸ਼ਨ ਇਹ ਕਾਰੋਬਾਰ ਚੱਲ ਰਿਹਾ। ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਬਲਟੋਆ ਸਾਹਿਬ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਇਹਨਾਂ ਦਾ ਜ਼ਿਕਰ ਨਹੀਂ ਪਤਾ, ਲੇਕਿਨ ਮੈਂ ਬਲਟੋਆ ਸਾਹਿਬ ਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਾਂਗਾ ਕਿ ਤ੍ਰਿਵੇਣੀ ਚੌਹਾਨ ਉਹੀ ਲੇਡੀ ਹੈ, ਉਹੀ ਲੇਡੀ ਹੈ ਜਿਹੜੀ ਅਕਾਲੀ ਦਲ ਮਹਿਲਾ ਵਿੰਗ, ਜਿਹੜੀ ਇਹਨਾਂ ਦੀ ਆਪਣੀ ਮਹਿਲਾ ਵਿੰਗ ਜਿਨ੍ਹਾਂ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ, ਉਹਨਾਂ ਦੀ ਜਨਰਲ ਸੈਕਟਰੀ ਵੀ ਰਹਿ ਚੁੱਕੇ ਨੇ ਔਰ 2 ਸਾਲ ਪਹਿਲੇ ਹੀ ਉਹਨਾਂ ਨੇ ਕਿਸੇ ਕਾਰਨ ਤੋਂ ਤ੍ਰਿਵੇਣੀ ਚੌਹਾਨ ਨੇ ਆਪਣਾ ਅਹੁਦਾ ਛੱਡਿਆ। ਅੱਜ ਅਕਾਲੀ ਦਲ ਕਹਿ ਰਿਹਾ ਕਿ ਉਹਨੂੰ 2 ਸਾਲ ਪਹਿਲੇ ਕੱਢ ਦਿੱਤਾ ਗਿਆ ਸੀ, ਲੇਕਿਨ ਚਲੋ ਇਹ ਇਹ ਪਾਰਟੀ ਨੂੰ ਪਤਾ ਹੋਏਗਾ ਤੇ ਜਾਂ ਉਹਨਾਂ ਦੇ ਅਹੁਦੇਦਾਰਾਂ ਨੂੰ ਪਤਾ ਹੋਊਗਾ ਕਿ ਕੱਢਿਆ ਗਿਆ ਜਾਂ ਛੱਡਿਆ ਗਿਆ, ਲੇਕਿਨ ਕਿਤੇ ਨਾ ਕਿਤੇ ਉਹ ਬੀਜੇਪੀ ਦੇ ਵਿੱਚ ਵੀ ਸ਼ਾਮਿਲ ਰਹੇ, ਪਾਸਵਾਨ ਪਾਰਟੀ ਦੇ ਨਾਲ ਵੀ ਜੁੜੇ ਰਹੇ, ਮਤਲਬ ਸਮੇਂ ਦੇ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਇੱਕ ਸ਼ੈਲਟਰ ਕਹਿ ਲਓ ਲੈਣ ਲਈ, ਆਪਣੇ ਕੰਮ ਨੂੰ ਚਲਾਉਣ ਲਈ ਇੱਕ ਪੋਲੀਟੀਕਲ ਸ਼ੈਲਟਰ ਲੈਣ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਸ਼ੈ, ਉਹ ਆਪਣਾ ਜੁੜਦੇ ਰਹੇ ਔਰ ਪਾਰਟੀਆਂ ਨੇ ਵੀ ਸ਼ਾਇਦ ਵੋਟ ਬੈਂਕ ਦਾ ਇੱਕ ਇਹ ਹੋ ਸਕਦਾ ਕਿ ਵੋਟ ਬੈਂਕ ਉਹਨਾਂ ਦਾ ਵਜ੍ਹਾ ਹੋਏਗੀ, ਉਹ ਇਹਨਾਂ ਲੋਕਾਂ ਨੂੰ ਆਪਣੇ ਆਪਣੇ ਸ਼ੈਲਟਰ ਦਿੰਦੇ ਰਹਿੰਦੇ ਨੇ। ਗੁਰਪ੍ਰੀਤ ਚਾਵਲਾ, ਤ੍ਰਿਵੇਣੀ ਚੌਹਾਨ ਦਾ ਹੁਣ ਕਿਸੇ ਪਾਰਟੀ ਨਾਲ ਸੰਬੰਧ ਹੈਗਾ? ਨਹੀਂ ਦੇਖੋ ਹੁਣ ਇਸ ਵੇਲੇ ਉਹਨਾਂ ਦਾ ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈ, ਕੋਈ ਅਹੁਦੇਦਾਰ ਨਹੀਂ ਹੈ, ਲੇਕਿਨ ਉਹ 2 ਸਾਲ ਪਹਿਲੇ ਉਹ ਅਹੁਦਾ ਛੱਡ ਚੁੱਕੇ ਸੀ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ, ਇਹ ਤੇ ਪਾਰਟੀ ਡਿਸਾਈਡ ਕਰ ਸਕਦੀ ਹੈ ਨਾ, ਹੁਣ ਉਹ ਕਹਿ ਰਹੇ ਕੱਢ ਦਿੱਤਾ ਗਿਆ ਉਦੋਂ ਉਹਨਾਂ ਨੇ ਪਾਰਟੀ ਛੱਡੀ। ਤ੍ਰਿਵੇਣੀ ਚੌਹਾਨ ਕਿੱਡੀ ਕੁ ਘੈਂਟ ਲੇਡੀ ਹੈ ਜਿਹਦੇ ਪਿੱਛੇ ਇੰਨਾ ਵੱਡਾ ਵੋਟ ਬੈਂਕ ਹੈ ਕਿ ਸਿਆਸਤ ਹੈ ਉਹਨੂੰ ਨਾਲ ਰੱਖਣਾ ਚਾਹੁੰਦੀ ਹੈ? ਦੇਖੋ ਇੱਕ ਕਮਿਊਨਿਟੀ, ਇੱਕ ਕਮਿਊਨਿਟੀ ਦੀ ਉਹ ਪ੍ਰੈਜ਼ੀਡੈਂਟ ਹੈ, ਇੱਕ ਕਹਿ ਲਈਏ ਕਿ ਇੱਕ ਇਸ ਇਲਾਕੇ ਦੇ ਵਿੱਚ ਇੱਕ ਪ੍ਰਧਾਨ ਵਜੋਂ ਜਾਣੀ ਜਾਂਦੀ ਹੈ ਔਰ ਇੱਕ ਲੇਡੀ, ਇੱਕ ਦਬੰਗ ਲੇਡੀ ਜਿਹਨੂੰ ਕਹਿ ਲਈਏ, ਇੱਕ ਦਬੰਗ, ਇੱਕ ਲੇਡੀ ਘੱਟ ਔਰ ਬੰਦਿਆ ਮਰਦ ਜ਼ਿਆਦਾ ਹੈ ਔਰ ਉਹਦਾ ਇੱਕ ਐਸਾ ਦਬੰਗਗਿਰੀ ਹੈ ਕਿ ਜਿਸ ਦਿਨ ਇਹ ਘਟਨਾ ਵਾਪਰਦੀ ਹੈ, ਬੁੱਧਵਾਰ ਦੀ ਗੱਲ, ਬੁੱਧਵਾਰ ਜਦੋਂ SMO ਇੱਥੇ ਸਭ ਤੋਂ ਪਹਿਲੇ ਡੈਥਸ ਹੁੰਦੀਆਂ ਤੇ ਉਹ ਇੱਕ ਜਨਰਲੀ ਵਿਜ਼ਿਟ ਕਰਦੇ ਨੇ ਇਸ ਏਰੀਏ 'ਚ, ਉਹਨਾਂ ਨੂੰ ਲੀਡ ਕੌਣ ਕਰ ਰਿਹਾ? ਉਹਨੂੰ ਲੀਡ ਤ੍ਰਿਵੇਣੀ ਚੌਹਾਨ ਕਰ ਰਹੀ ਹੈ ਘਰ ਘਰ ਜਾ ਕੇ। ਜੇ ADC ਤਜਿੰਦਰਪਾਲ ਸਿੰਘ ਸੰਧੂ ਇੱਥੇ ਸ਼ਾਮ ਵੇਲੇ ਵਿਜ਼ਿਟ ਕਰਦੇ ਨੇ ਤੇ ਤ੍ਰਿਵੇਣੀ ਚੌਹਾਨ ਇੰਟਰੋਡਿਊਸ ਕਰ ਰਹੀ ਹੈ ਕਿ ਆਹ ਪਰਿਵਾਰ ਦਾ ਜੀ ਮਰਿਆ ਔਰ ਪਰਿਵਾਰਾਂ ਨੂੰ ਮਤਲਬ ਕਿ ਸਵੇਰ ਤੋਂ ਲੈ ਕੇ ਔਰ ਸ਼ਾਮ ਤੱਕ ਪ੍ਰਸ਼ਾਸਨ ਨੂੰ ਨਹੀਂ ਡਿਸਾਈਡ ਹੋ ਪਾ ਰਿਹਾ ਕਿ ਇਹ ਸ਼ਰਾਬ ਨਾ ਮਰੇ ਆ ਜਾਂ ਹਾਰਟ ਅਟੈਕ ਨਾ ਮਰੇ, ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਸਡਨ ਡੈਥ ਹੈ। ਲੇਕਿਨ ਜਦੋਂ ਫਿਗਰ ਵਧਣੀ ਸ਼ੁਰੂ ਹੋਈ ਤਾਂ ਉਹ ਸਡਨ ਡੈਥ ਵਾਲੀ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਅਖੀਰ ਪੁਲਿਸ ਵੱਲੋਂ ਆਪਣੇ ਤੌਰ ਤੇ, SHO ਵੱਲੋਂ ਆਪਣੇ ਤੌਰ ਤੇ, SSP ਦਾ ਸਾਫ਼ ਕਹਿਣਾ ਸੀ ਕਿ ਕਿਸੇ ਦਾ ਵੀ ਬਿਆਨ ਨਹੀਂ ਹੈ, ਕਿਸੇ ਮਦਈ ਦਾ ਬਿਆਨ ਨਹੀਂ ਹੈ, ਆਪਣੇ ਤੌਰ ਤੇ ਆਪਾਂ ਪਰਚਾ ਦਰਜ ਕੀਤਾ। ਠੀਕ ਹੈ ਗੁਰਪ੍ਰੀਤ, ਚੱਲ ਵਾਪਸ ਆਊਂਗਾ। ਬਟਵਾ ਸਾਹਿਬ, ਤੁਸੀਂ ਕਹਿ ਰਹੇ ਸੀ ਮੈਨੂੰ ਇਹਨਾਂ ਔਰਤਾਂ ਬਾਰੇ ਨਹੀਂ ਪਤਾ, ਤ੍ਰਿਵੇਣੀ ਚੌਹਾਨ ਬਾਰੇ ਗੁਰਪ੍ਰੀਤ ਚਾਵਲਾ ਸਾਡੇ ਰਿਪੋਰਟਰ ਉੱਥੇ ਖੜ੍ਹੇ ਆ, ਉਹਨਾਂ ਦੱਸਦਾ ਕਿ ਤੁਹਾਡੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਉਹ ਜਨਰਲ ਸੈਕਟਰੀ ਰਹੇ ਆ 2 ਸਾਲ ਪਹਿਲਾਂ ਬਟਵਾ ਸਾਹਿਬ, ਤੇ ਕਾਰੋਬਾਰ ਕਰਨ ਦੇ ਵਿੱਚ ਉਹਨਾਂ ਦੇ 20 ਸਾਲ ਦੀ ਮਹਾਰਤ ਹਾਸਲ ਹੈ ਸਰ, ਬਟਵਾ ਸਾਹਿਬ ਹੁਣ ਕੀ ਕਹੋਗੇ? KP ਜੀ ਇਹ ਬਿਲਕੁਲ ਸੱਚਾਈ ਹੈ ਕਿ ਜਿਹੜਾ ਤੁਸੀਂ ਨਾਂ ਲੈ ਰਹੇ ਜੇ ਜਿਹੜੀ ਤ੍ਰਿਵੇਣੀ ਚੌਹਾਨ ਦਾ, ਇਹ ਮੈਂ ਪਹਿਲੀ ਵਾਰ ਤੁਹਾਡੇ ਕੋਲੋਂ ਸੁਣ ਰਿਹਾ, ਉਹਦਾ ਕਿਹਦੇ ਨਾਲ ਸੰਬੰਧ ਰਿਹਾ ਹੈ, ਸੰਬੰਧ ਰਿਹਾ ਕਿ ਨਹੀਂ ਰਿਹਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹਦਾ ਕਿਸੇ ਰੂਪ 'ਚ ਸੰਬੰਧ ਰਿਹਾ ਹੈ, ਅਤੇ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨੂੰ ਪਿਛਲੇ ਲੰਬੇ ਸਮੇਂ ਤੋਂ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ,
ਬਟੂਆ ਸਾਹਿਬ ਤੁਹਾਡੀ ਤੁਹਾਡੀ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਰਹੀ ਆ, ਮੈਂ ਵਾਪਸ ਆ ਜਾਊਂਗਾ ਤੁਹਾਡੇ ਕੋਲ, ਮੈਂ ਆ ਰਿਹਾ ਬਟੂਆ ਸਾਹਿਬ, ਮੈਂ ਤੁਹਾਡਾ ਟੇਕ ਲੈਣਾ ਜ਼ਰੂਰ ਹੈ। ਕਿੰਗਰਾ ਸਾਹਿਬ, ਸਾਡੇ ਪੱਤਰਕਾਰ ਨੇ ਉੱਥੇ ਖੜਿਆ ਤੁਹਾਨੂੰ ਦੱਸਤਾ ਤ੍ਰਿਵੇਣੀ ਚੌਹਾਨ ਦਾ ਕੀ ਕਨੈਕਸ਼ਨ ਰਿਹਾ ਸਿਆਸਤ ਦੇ ਨਾਲ। ਕਿੰਗਰਾ ਸਾਹਿਬ, ਇਹਦਾ ਮਤਲਬ ਤੁਸੀਂ ਲੋਕ ਇਸ ਨੈਕਸਸ ਨੂੰ ਬਚਾਉਂਦੇ ਰਹੇ? ਦੇਖੋ ਕਿਰਪੀ, ਮੈਂ ਤੁਹਾਨੂੰ ਦੱਸਦਾਗਾ, ਮੈਂ ਬਟੂਆ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਉਹ ਅਕਾਲੀ ਦਲ ਦੀ ਮੈਂਬਰ ਰਹੀ ਹੈ, ਕਿਉਂਕਿ ਅਕਾਲੀ ਦਲ ਦੀ ਜਨਰਲ ਸੈਕਟਰੀ ਰਹੀ ਹੈ, ਕਿਉਂਕਿ ਅਕਾਲੀ ਦਲ ਦਾ 10 ਸਾਲ ਪਿੱਛੇ ਸਰਕਾਰ ਸੀਗੀ ਅਕਾਲੀ ਦਲ। ਜੇ ਅੱਜ ਵੀ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨੇ ਨਾ ਅਕਾਲੀ ਦਲ ਛੱਡਣਾ ਸੀ ਅਤੇ ਨਾ ਅਕਾਲੀ ਦਲ ਨੇ ਉਹਨੂੰ ਕੱਢਣਾ ਸੀ। ਦੇਖੋ ਜਿਹੜੇ ਕ੍ਰਿਮੀਨਲ ਨੇ, ਜਿਹੜੇ ਐਂਟੀ ਸੋਸ਼ਲ ਲੋਕ ਨੇ, ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਨੇ, ਰਿਪੋਰਟਰ ਵੀ ਹੁਣੇ ਦੱਸ ਦੇਣਗੇ ਉੱਥੇ ਕੀ ਹੋਇਆ ਸੀਗਾ, ਪਿੰਡ ਬਾਲੇਵਾਲ ਤੇ ਨੰਗਲ ਜੋਲ ਚ ਕੀ ਹੋਇਆ ਸੀਗਾ, ਉਹ ਵੀ ਦੱਸ ਦੇਣਗੇ। ਕਿੰਗਰਾ ਸਾਹਿਬ, ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਸਰ, ਨੈਕਸਸ ਤੁਸੀਂ ਕੋਈ ਨਹੀਂ ਤੋੜਿਆ, ਸੌਂ ਤੁਸੀਂ ਖਾਧੀ ਸੀ? ਮੁਲਾਜ਼ਮ ਸਸਪੈਂਡ ਕਰਕੇ ਸਰ, ਕਿੰਗਰਾ ਸਾਹਿਬ, ਮੁਲਾਜ਼ਮ ਸਸਪੈਂਡ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਸਰ? ਸਰ ਹੁਣ ਕਿਉਂ ਨਹੀਂ ਕੀਤਾ, ਹੁਣ ਕਿਉਂ ਨਹੀਂ ਕੀਤਾ, ਹਜੇ ਸ਼ੱਕ ਹੈ ਸਰ ਕੋਈ ਤੁਹਾਨੂੰ? ਦੇਖੋ ਕਦੇ ਵੀ ਪਰਚੇ ਇਸ ਤਰ੍ਹਾਂ ਦਰਜ ਨਹੀਂ ਹੁੰਦੇ, ਕੋਰਟਾਂ ਜਾ ਕੇ ਖਾਰਜ ਹੋ ਜਾਂਦੇ ਆ। ਪ੍ਰੋਪਰ ਮੈਜਿਸਟ੍ਰੇਟ ਇਨਕੁਆਇਰੀ ਦੇ ਵਿੱਚ ਰਿਸਪੋਨਸੀਬਿਲਟੀ ਫਿਕਸ ਹੋਏਗੀ ਆਪਣੀ, ਤਾਂ 302 ਦਾ ਪਰਚਾ ਦਰਜ ਹੋਏਗਾ, ਨਹੀਂ ਡੈਥ ਬਾਈ ਨੈਗਲੀਜੈਂਸ 304 ਦਾ ਤਾਂ ਹਰ ਹਾਲਤ ਚ ਹੋਏਗਾ। ਚਲੋ ਮੈਂ ਠੀਕ ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈਣਾ ਸਰ, ਦੇਖ ਤੋਂ ਵਾਪਸ ਆ ਰਿਹਾ। ਸਵਾਲ ਬਹੁਤ ਸਾਰੇ ਹੈਗੇ ਆ ਸਾਡੇ ਕੋਲ, ਪਰ ਸਵਾਲ ਇਹ ਹੈਗਾ ਕਿ ਕਈ ਵਾਰ ਜਿਹੜਾ ਨੈਟਵਰਕ ਹੈ ਉਹ ਸਾਡੇ ਕੋਲ ਪੂਰਾ ਨਹੀਂ ਪਹੁੰਚਦਾ ਹੈਗਾ, ਜਿਵੇਂ ਸਿਆਸਤਦਾਨ ਨੈਕਸਸ ਕੋਲ ਨਹੀਂ ਪਹੁੰਚ ਪਾਉਂਦੇ। ਪਰ ਸਾਡਾ ਸਵਾਲ ਇੱਕੋ ਹੀ ਹੈ, ਕੌਣ ਚਾਹੁੰਦਾ ਬਲਦੇ ਰਹਿਣ ਸੇ ਵੀ? ਅਸੀਂ ਸਵਾਲ ਲਗਾਤਾਰ ਕਰਦੇ ਰਹਾਂਗੇ, ਵਾਪਸ ਆ ਰਹੇ। ਪੰਜਾਬ 'ਚ ਖਾਕੀ ਅਤੇ ਖਾਦੀ ਦਾ ਨਸ਼ੇ ਵਾਲਾ ਨੈਕਸਸ ਕਿਉਂ ਨਹੀਂ ਟੁੱਟਦਾ ਹੈਗਾ? ਬਟੋ ਸਾਹਿਬ, ਤੁਹਾਡੀ ਆਵਾਜ਼ ਪਹਿਲਾਂ ਮੇਰੇ ਕੋਲ ਨਹੀਂ ਪਹੁੰਚ ਪਾ ਰਹੀ ਸੀ ਪੂਰੀ, ਤੁਸੀਂ ਤ੍ਰਿਵੇਣੀ ਚੌਹਾਨ ਵਾਲੇ ਜਿਹੜਾ ਤੁਸੀਂ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਜਾਣਕਾਰੀ ਨਹੀਂ ਹੈਗੀ। ਸਰ, ਬਲਵਿੰਦਰ ਕੌਰ ਬਾਰੇ ਜਾਣਕਾਰੀ ਹੈ ਸਰ? ਉਹਦਾ ਤੁਹਾਡੇ ਏਰੀਏ ਦੇ ਨੇੜੇ ਤੇੜੇ ਹੈ, ਜੇ ਤੁਹਾਨੂੰ ਸਿੱਕੀ ਸਿੱਕੀ ਸਾਹਿਬ ਦਾ ਪਤਾ ਹੈਗਾ ਤਾਂ ਬਲਵਿੰਦਰ ਕੌਰ ਦਾ ਹੀ ਪਤਾ ਹੋਊਗਾ ਸਰ। ਬਟੋਆ ਸਾਹਿਬ, ਮੈਂ ਕੇਪੀ ਜੀ ਬਿਲਕੁਲ ਤੁਹਾਨੂੰ ਸਹੀ ਕਹਿ ਰਿਹਾ ਕਿ ਮੇਰੇ ਨਾਲ ਜ਼ਿਕਰੀ ਮੈਂ ਸੁਣਿਆ ਹੈ। ਹੁਣ ਜਿਹੜੀ ਤੁਸੀਂ ਮੈਨੂੰ ਦੱਸੋ, ਜਿਹੜੇ ਐਸ ਐਸ ਤਿਆਰ ਰਹੇ ਨੇ, ਉਹਨਾਂ ਕੋਲ ਲੋਕੀ ਜਾਂਦੇ ਰਹੇ, ਕੰਪਲੇਂਟ ਕਰਦੇ ਰਹੇ, ਫੋਨ ਕਰਦੇ ਰਹੇ ਕਿ ਫਲਾਣੇ ਥਾਂ ਤੇ ਸ਼ਰਾਬ ਦੀ ਫੈਕਟਰੀ ਚੱਲਦੀ ਹੈ। ਜਿਹੜੇ ਮੌਜੂਦਾ MLA ਨੇ ਖੇਮਕਰ ਤੋਂ ਸੁਖਪਾਲ ਸਿੰਘ ਭੁੱਲਰ, ਉਹਨਾਂ ਦੇ ਪਿੰਡ 'ਚ ਉਹਨਾਂ ਦੇ ਖਾਸ ਖਾਸ ਕੀਤੀ ਆਗੂ ਚਲਾ ਰਹੇ, ਕੋਈ ਅਸਰ ਨਹੀਂ। ਲੋਕਾਂ ਨੇ ਉਹਨਾਂ ਦੇ ਵਟਸਐਪ ਬਕਾਇਦਾ ਲਿਖ ਕੇ ਆਹ ਲੋਕ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦੇ, ਇਹਨਾਂ ਦੇ ਘਰਾਂ ਦੇ ਵਿੱਚ ਕਾਰੋਬਾਰ ਚੱਲਣ ਦੇ ਆਇਆ, ਫੈਕਟਰੀਆਂ ਲੱਗੀਆਂ ਹੋਈਆਂ ਸ਼ਰਾਬ ਦੀਆਂ, ਰੇਡ ਕਰੋ। ਔਰ 14 ਤੇ 16 ਅਖੀਰ ਦੇ ਵਿੱਚ ਜਿਹੜੇ ਉਹਨਾਂ ਦੇ ਮੋਬਾਈਲ ਦੇ ਉੱਤੇ ਵਟਸਐਪ ਕੀਤੇ ਗਏ, ਅੱਜ ਵੀ ਕੋਈ ਕਾਰਵਾਈ ਨਹੀਂ। ਜਦੋਂ ਜ਼ਹਿਰੀਲਾ ਸ਼ਰਾਬ ਦਾ ਕਾਂਡ ਵਾਪਰ ਜਾਂਦਾ ਆ, ਉਦੋਂ ਉਸ ਘਰ ਦੇ ਉੱਤੇ ਰੇਡ ਹੁੰਦੀ ਹੈ, ਉੱਥੇ ਸ਼ਰਾਬ ਦੀ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਜਾਂਦੀ ਹੈ। 31,000 ਲੀਟਰ ਲਾਣ, 315 ਜਿਹੜੀਆਂ ਦੇਸੀ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਭੱਠੀਆਂ, ਔਰ ਉੱਥੋਂ ਜਿਹੜੇ ਆ ਡਰੰਮ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਵੱਡੀ ਮਾਤਰਾ ਦੇ ਵਿੱਚ, ਜਿਵੇਂ ਇੱਕ ਫੈਕਟਰੀ ਜਿਹੜੀ ਨਜਾਇਜ਼ ਸ਼ਰਾਬ ਦੀ ਹੁੰਦੀ ਹੈ, ਉਹ ਫੜੀ ਜਾਂਦੀ। ਜੇ SSP ਦੀ ਨੌਲੇਜ ਹੋਵੇ, ਲੋਕ ਉਹਦੇ ਵਟਸਐਪ ਤੇ ਵੀ ਮੈਸੇਜ ਦੇਣ, ਉਹਨੂੰ ਫੋਨ ਵੀ ਕਰਨ, ਮਿਲ ਕੇ ਵੀ ਕਹਿਣ SSP ਇਹਦਾ ਮਤਲਬ ਹੈ ਕਿ ਹਦਾਇਤਾਂ ਕਿਹਦੇ ਵੱਲੋਂ ਆ? ਸਰਕਾਰੀ ਪਿੱਛੇ ਤੇ ਤਾਂ ਸੋ ਕੰਮ ਕਰਨ ਦਾ ਕੀ ਨਹੀਂ ਕਰਨੇ। ਇੱਕ ਵੱਡਾ ਸਰ, ਮਾੜਾ ਇਹ ਮੈਨੂੰ ਥੋੜਾ ਕਲੀਅਰ ਕਰ ਦਿਓ, ਜਿਹੜਾ ਤੁਸੀਂ ਸੁਖਪਾਲ ਸਿੰਘ ਭੁੱਲਰ ਦਾ ਜ਼ਿਕਰ ਕਰ ਰਹੇ ਹੋ ਤੇ ਰਮਨਜੀਤ ਸਿੱਕੀ ਦਾ ਜ਼ਿਕਰ ਕਰ ਰਹੇ ਹੋ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਵਿਧਾਇਕਾਂ ਦੀ ਛਤਰ ਛਾਇਆ ਹੇਠ ਸਭ ਕੁਝ ਚੱਲ ਰਿਹਾ ਸੀ, ਇਹ ਇਲਜ਼ਾਮ ਲਾ ਰਹੇ ਹੋ ਤੁਸੀਂ? ਬਿਲਕੁਲ ਵਿਧਾਇਕਾਂ ਦੀ ਛਤਰ ਛਾਇਆ ਨਹੀਂ, ਮੈਨੂੰ ਤਾਂ ਜਾਪਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪੁਲਿਸ ਦਾ ਤੰਤਰ SSP ਸਾਹਿਬਾਨ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਸੀਗੀਆਂ ਕਿ ਤੁਸੀਂ ਕਾਂਗਰਸੀਆਂ ਦੇ ਸ਼ਰਾਬ ਦੀ ਨਜਾਇਜ਼ ਕਾਰੋਬਾਰ ਦੇ ਵਿੱਚ ਦਖਲਦਾਜੀ ਨਹੀਂ ਕਰਨੀ, ਜਿਸ ਤਰ੍ਹਾਂ ਦੀਆਂ ਰਿਪੋਰਟਾਂ ਨੇ, ਜਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ। ਔਰ ਇਹ ਬਿਲਕੁਲ ਸੱਚਾਈ ਹੈ ਕਿ ਇਹਦੀ ਇਨਕੁਆਇਰੀ ਹੋ ਜਾਵੇ SSP ਦੇ ਮੋਬਾਈਲ ਦੀ, ਕਿਉਂਕਿ ਸਾਰਾ ਕੁਛ ਹੀ ਆ ਜਾਣਾ ਹੈ।
14 ਤੇ 16 ਜੂਨ ਨੂੰ ਜੇ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ WhatsApp ਤੇ ਕੀਤੀ ਗਈ ਸੀ ਤੇ ਫਲਾਣੇ ਆਦਮੀ ਜਿਹੜੇ ਆ ਫਲਾਣੇ ਥਾਂ ਤੇ ਜਿਹੜਾ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਦੇ ਆ ਉਹ ਇਹ ਨਹੀਂ ਕੀਤਾ ਜਾਂਦਾ ਜਦੋਂ ਸ਼ਰਾਬ ਦਾ ਪੀਣ ਕੀਤਾ ਦਾ ਤੇ ਗੁੱਤਾ ਵੱਜ ਜਾਂਦਾ ਤੇ ਕੁਝ ਕਾਗਜ਼ ਦੇ ਰੇਟ ਕੀਤਾ ਜਾਂਦਾ ਤੇ ਵੱਡੀ ਬਰਾਮਦ ਕੀਤੀ ਜਾਂਦੀ ਹੈ ਦੂਸਰੀ ਗੱਲ ਕਰੀਏ ਜੀ ਤੁਸੀਂ ਦੱਸੋ ਕਿ ਜਿਹੜਾ ਐਕਸਾਈਜ਼ ਡਿਪਾਰਟਮੈਂਟ ਦਾ ਕੰਮ ਕੀ ਹੈ ਜਿਹੜਾ ਸ਼ਰਾਬ ਦਾ ਨਜਾਇਜ਼ ਧੱਕਾ ਕਰਦੇ ਉਹਨਾਂ ਨੂੰ ਫੜਨਾ ਰੋਕਣਾ ਜੰਡਿਆਲਾ ਗੁਰੂ ਦੇ ਉਹਨਾਂ ਨੇ ਮੁਕਦਮਾ ਕੀਤੇ ਤੇ ਦਰਜ ਕਰਾਇਆ ਹਫ਼ਤਾ ਪਹਿਲਾਂ ਦੀ ਗੱਲ ਹੈ 24 ਜੁਲਾਈ ਦੀ ਮਹਿਤੇ ਥਾਣੇ ਜਿਹੜਾ ਜੰਡਿਆਲਾ ਗੁਰੂ ਦਾ ਥਾਣਾ ਹੈ ਉਹ ਉਹਦੇ ਜਦੋਂ ਤੁਸੀਂ ਦਹਿਸ਼ਤ ਪੈਣੀ ਚਾਹੀਦੀ ਜਿਹੜਾ ਨਜਾਇਜ਼ ਧੰਦਾ ਕਰਦੇ ਹੈ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਹੈ ਤੇ ਤੁਸੀਂ ਇਹ ਐਕਸਾਈਜ਼ ਪਾਰਟੀਆਂ ਨੇ ਤੇ ਐਕਸਾਈਜ਼ ਵਾਲੇ ਨੇ ਉਹਨਾਂ ਦੇ ਉੱਤੇ ਮੁਕਦਮਾ ਦਰਜ ਕਰਕੇ ਦਹਿਸ਼ਤ ਪੈਦਾ ਕਰੋ ਕਿ ਤੁਹਾਡੀ ਗੁੱਤ ਕਿਵੇਂ ਪੈ ਗਈ ਠੀਕ ਹੈ ਵੱਡੋ ਸਾਹਿਬ ਤੁਸੀਂ ਤੁਹਾਡਾ ਪੁਆਇੰਟ ਹੀ ਲੈ ਰਹੇ ਹਾਂ ਤੁਹਾਡਾ ਪੁਆਇੰਟ ਹਾਂ ਗੁਰਪ੍ਰੀਤ ਚਾਵਲਾ ਕੀ ਕਹਿ ਰਹੇ ਸੀਗੇ ਸਰ ਮੈਂ ਇੱਕੋ ਹੀ ਗੱਲ ਕਹਿ ਰਿਹਾ ਕਿ ਜਿਹੜੀ ਇਹ ਸਵਾਲ ਉਠਾ ਰਹੇ ਅਧਿਕਾਰੀਆਂ ਦੇ ਉੱਤੇ 2012 ਦੀ ਜਿਹੜਾ ਤੁਸੀਂ ਜ਼ਿਕਰ ਕੀਤਾ ਹਜੇ ਸ਼ਾਇਦ ਉਹ ਤੁਸੀਂ ਵੇਟ ਕਰ ਰਹੇ ਹੋ ਕਿ ਇਹਨਾਂ ਦੀ ਡਿਬੇਟ ਦੀ 2012 ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ 17 ਮੌਤਾਂ ਹੁੰਦੀਆਂ ਉਸ ਵੇਲੇ SDM ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ ਸੀ ਅੱਜ ਉਹ ADC ਨੇ ਗੁਰਦਾਸਪੁਰ ਦੇ ਕਿ 2012 ਦੇ ਵਿੱਚ ਵੀ ਇਹਨਾਂ ਵੱਲੋਂ ਅਕਾਲੀ ਦਲ ਵੱਲੋਂ ਦਬਾਅ ਸੀ ਕਿ ਕੋਈ ਇਹ ਧੰਦਾ ਚੱਲ ਦੇਣਾ ਚਾਹੀਦਾ ਮੈਂ ਇਹ ਇਹ ਇਹਦਾ ਮਤਲਬ ਕਿ ਇਹ ਜੇ ਬਲਟੋਆ ਸਾਹਿਬ ਅੱਜ ਦੀ ਇਸ ਸਰਕਾਰ ਤੇ ਇਹ ਸਵਾਲ ਉਠਾ ਰਹੇ ਨੇ ਅਧਿਕਾਰੀਆਂ ਨੂੰ ਦਬਾਅ ਪਾਇਆ ਜਾਂਦਾ ਜਾਂ ਅਧਿਕਾਰੀਆਂ ਨੂੰ ਕਿਹਾ ਜਾਂਦਾ ਤਾਂ ਕੀ 2012 ਦੇ ਵਿੱਚ ਇਹਨਾਂ ਵੱਲੋਂ ਵੀ ਕਿਹਾ ਗਿਆ ਸੀ ਅਧਿਕਾਰੀਆਂ ਨੂੰ ਕਿ ਸ਼ਰਾਬ ਦਾ ਧੰਦਾ ਚੱਲ ਲੈਣ ਦਿਓ ਮੌਤਾਂ ਹੋ ਲੈਣ ਦਿਓ ਗੁਰਪ੍ਰੀਤ ਚਾਵਲਾ ਜਿਹੜਾ ਤੁਹਾਡਾ ਸਵਾਲ ਆ ਬੜਾ ਵਾਜਬ ਹੈ ਪਰ ਸਵਾਲ ਹੈਗਾ ਗੁਰਪ੍ਰੀਤ ਚਾਵਲਾ ਜੇ ਇਹਨਾਂ ਦੀ ਸਰਕਾਰ ਨੇ ਇੱਦਾਂ ਕੀਤਾ ਕਿ ਕਾਂਗਰਸ ਸਰਕਾਰ ਨੂੰ ਲਾਇਸੈਂਸ ਮਿਲ ਗਿਆ ਇੱਦਾਂ ਕਰਨ ਦਾ ਉਹ ਗੱਲ ਤੇ ਉਹੀ ਹੈ ਨਾ ਦੇਖੋ ਕੇਪੀ ਸਾਹਿਬ ਇਹ ਨੈਕਸਸ ਇੱਕ ਬੜਾ ਮਸ਼ਹੂਰ ਜਿਹੜਾ ਕਹਿ ਰਹੇ ਨਾ ਬਲਟੋਆ ਸਾਹਿਬ ਵੀ ਤੇ ਕਿੰਗਰਾ ਸਾਹਿਬ ਵੀ ਕਿ ਸ਼ਰਾਬ ਦਾ ਧੰਦਾ ਇੱਕ ਪੁਰਖਿਆਂ ਤੋਂ ਚੱਲਦਾ ਪਿਆ ਗੁਰਦਾਸਪੁਰ ਤੇ ਵੈਸੇ ਹੀ ਨਾਮ ਘਰ ਦੀ ਕੱਢਣ ਦੇ ਸ਼ੌਂਕੀ ਕਰਕੇ ਵੱਜਦਾ ਰਿਹਾ ਲੇਕਿਨ ਇਹ ਘਰ ਦੀ ਕੱਢਣ ਦਾ ਤੱਕ ਨਹੀਂ ਨਾ ਸੀਮਤ ਰਿਹਾ ਇਹ ਸੀਮਤ ਆ ਗਿਆ ਹੁਣ ਕੈਮੀਕਲਸ ਦੇ ਉੱਤੇ ਇਹ ਸੀਮਤ ਆ ਗਿਆ ਇੱਕ ਫੈਕਟਰੀਜ਼ ਦੇ ਉੱਤੇ ਇਹ ਘਰ ਦੀ ਕੱਢਣ ਵਾਲੀ ਗੁੜ ਦੀ ਸ਼ਰਾਬ ਨਹੀਂ ਹੈ ਇਹ ਗੁੜ ਵਾਲੀ ਸ਼ਰਾਬ ਨਹੀਂ ਵੇਕਰੀ ਇਹ ਉਹ ਸ਼ਰਾਬ ਵੇਕਰੀ ਹੈ ਜਿਹੜੀ ਇੱਕ ਅਲਕੋਹਲ ਤੋਂ ਇੱਕ ਸਪਿਲਟ ਤੋਂ ਹੋਰ ਐਸੇ ਕੈਮੀਕਲਸ ਤੋਂ ਬਣ ਰਹੀ ਹੈ ਮੈਨੂੰ ਇਹ ਦੱਸ ਦਿਓ ਗੁਰਪ੍ਰੀਤ ਚਾਵਲਾ ਗਰਾਊਂਡ ਤੇ ਕੁਝ ਇਹੋ ਜੀ ਜਾਂਚ ਸਾਹਮਣੇ ਆ ਚੁੱਕੀ ਹੈ ਜਾਂ ਇਹੋ ਜਿਹਾ ਇਨਕਸ਼ਾਫ ਹੋ ਚੁੱਕਿਆ ਹੈ ਕਿ ਸਪਿਰਟ ਦੀ ਮਾਤਰਾ ਉੱਥੇ ਵਧਾਈ ਗਈ ਜਿਹੜਾ ਪੇਂਟ ਵਿੱਚ ਪਾਈਦਾ ਜਾਂ ਐਥਨੋਲ ਪਾਇਆ ਗਿਆ ਕੁਝ ਦੱਸਿਆ ਗਿਆ ਇਸ ਬਾਰੇ ਬਿਲਕੁਲ ਕੋਈ ਐਸੀ ਹਜੇ ਤੱਕ ਗੱਲ ਸਾਹਮਣੇ ਨਹੀਂ ਆਈ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਲੇਕਿਨ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਕਦੋਂ ਤੱਕ ਕੰਪਲੀਟ ਹੋਏਗੀ ਇਸ ਬਾਰੇ ਕੋਈ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਬਟਵਾ ਸਾਹਿਬ 2012-16 ਦਾ ਮਾਮਲਾ ਜਿਹੜਾ ਗੁਰਪ੍ਰੀਤ ਚਾਵਲਾ ਜ਼ਿਕਰ ਕਰ ਰਹੇ ਆ ਉਦੋਂ ਜਿਹੜਾ SDM ਤੇਜਿੰਦਰ ਸੰਧੂ ਜਿਹਨਾਂ ਜ਼ਿਕਰ ਕਰ ਰਹੇ ਆ ਉਹਨਾਂ ਤੇ ਤੁਸੀਂ ਵੀ ਪ੍ਰੈਸ਼ਰ ਪਾਇਆ ਸੀਗਾ 2000 ਜਿਹੜੀਆਂ 17 ਮੌਤਾਂ ਹੋਈਆਂ ਸੀਗੀਆਂ 2012 ਵਿੱਚ ਸਰ ਦੇਖੋ ਕੇਪੀ ਜੀ ਪਹਿਲੀ ਤਾਂ ਗੱਲ ਜਿਹੜਾ ਜਾਂ ਕੋਈ SDM ਜਾਂ ADC ਆ ਉਹਦਾ ਸਿੱਧੇ ਰੂਪ ਵਿੱਚ ਇਹਨਾਂ ਧੰਦਿਆਂ ਦੇ ਨਾਲ ਕੋਈ ਸੰਬੰਧ ਨਹੀਂ ਜਾਂ ਐਕਸਾਈਜ਼ ਡਿਪਾਰਟਮੈਂਟ ਦਾ ਕੰਮ ਹੈ ਤੇ ਜਾਂ ਹੋਮ ਡਿਪਾਰਟਮੈਂਟ ਦਾ ਕੰਮ ਠੀਕ ਹੈ ਬਲਟੋ ਸਾਹਿਬ ਕਿੰਗਰਾ ਜੀ ਕਿੰਗਰਾ ਜੀ ਮੈਂ ਆ ਰਿਹਾ ਬਲਟੋ ਸਾਹਿਬ ਆਉਂਗਾ ਕਿੰਗਰਾ ਜੀ ਜਿਹੜੇ ਕਿਨਵੇਂ ਨਾਲ ਲੋਕ ਠੀਕ ਕਿੰਗਰਾ ਜੀ ਬਲਟੋਆ ਸਾਹਿਬ ਨੇ ਤੁਹਾਡੇ 3 MLA ਦਾ ਜ਼ਿਕਰ ਕੀਤਾ ਹੈ ਤੁਸੀਂ ਨਾਮ ਸੁਣ ਲਿਆ ਤਾਂ ਠੀਕ ਹੈ ਨਹੀਂ ਤਾਂ ਦੁਬਾਰਾ ਵੀ ਤੁਹਾਨੂੰ ਦੱਸ ਦੂੰਗਾ ਕਿੰਗਰਾ ਸਾਹਿਬ ਲੋਕਾਂ 'ਚ ਇੱਕ ਚਰਚਾ ਆਮ ਹੈ ਕਿ ਸਿਰਫ ਰੰਗ ਬਦਲੇ ਹੈ ਇਸ ਤੋਂ ਇਲਾਵਾ ਕੁਛ ਨਹੀਂ ਬਦਲਿਆ ਜਿਹੜਾ ਨੈਕਸਸ ਪਹਿਲਾਂ ਚੱਲਦਾ ਸੀਗਾ ਤੁਸੀਂ ਉਸ ਨੂੰ ਅੱਗੇ ਵਧਾਇਆ ਸਾਡੇ ਰਿਪੋਰਟਰ ਉੱਥੇ ਖੜ੍ਹੇ ਹੋ ਕੇ ਦੱਸ ਰਹੇ ਹੈ ਸਾਰਿਆਂ ਦੇ ਨਾਮ ਉਹਨਾਂ ਨੇ ਦੱਸਦੇ ਹੈ ਸਭ ਕੁਝ ਉਵੇਂ ਹੀ ਚੱਲਦਾ ਪਿਆ ਕਿੰਗਰਾ ਸਾਹਿਬ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਕੋਈ ਧਰਮ ਕੋਈ ਪੋਲੀਟੀਕਲ ਲਿੰਕ ਨਹੀਂ ਹੁੰਦਾ ਇਹ ਨੈਕਸਸ ਹੈ ਕਿੱਥੇ ਵੇਖੀ ਤਵਾ ਪਰਾਤ ਉੱਥੇ ਕੁੱਤੀ ਸਾਰੀ ਜਿਹਦੀ ਸਰਕਾਰ ਹੁੰਦੀ ਹੈ ਉਸੇ ਦੇ ਜਾ ਕੇ ਚੋਰੀ ਚੱਕ ਲੈਂਦੇ ਆ ਲੋਕ ਮੋਬਾਈਲ ਦੀ ਜਾਂਚ ਕਰ ਲੋ ਕਰੋਗੇ ਦੇਖੋ
चलो ठीक 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 है ठीक ठीक है सर ठीक है जे तुसी भरोसा दे रहे हो तुहाडे भरोसे नाल ही असीं डिबेट अगे तोड़ लैने आ केंद्र साहब ठीक ठीक है ठीक है। एक होर छोटा ब्रेक लवेंगे ब्रेक तो बाद असीं आखिरी हिस्से में होवांगे। आ रहे हैं किंगर साहब वापस आ रहे हैं। पीड़ित परिवारों ने पॉलिटिक्स की दवा सकेगी जां सिर्फ सियासत करेगी डर्टी पॉलिटिक्स जिहड़ी सिर्फ इन्हां सिवियां ते सियासत करदी पई है इन्हां सिवियां दे विच्चों भी सियासत की पालदी पई है साडा सवाल यह भी है नाल ते ओह पीड़ित परिवारों नूं की मिलेगा किहड़ा इंसाफ मिलेगा मुआवजे जिहड़ी गल की जा रही है अज जिहड़ी विरोधी धिर है वह मुआवजा कोई कहिंदा कि 25 लाख देना चाहिए कोई कहिंदा 50 लाख देना चाहिए बहुत सारे इहो जिहे सवाल किए जा रहे हैं। पर सवाल यह भी हैगा जदों उन्हां दी आवजियां सरकारां सी उदों उन्होंने की किया कि इहो जिही जांच हुई की मुआवजा दिता गया कि मुआवजे दे नाल सारे मुद्दे नूं ढकण की कोशिश तां नहीं की जा रही सवाल यह भी होगा। ब्रेक तों वापस आ रहे हैं सवाल असं पूछ रहे इस डिबेट में पंजाब खाकी तो खादी का नशे वाला नैक्सस क्यों छुड़ता। गुरप्रीत चावला वार वार मुआवजे की गल की जा रही है मेरे दो तीन सवाल है जे तुम उन्हों का जवाब दे सको तो एक तो जो 2012 में यहोजा दुखांत उत्थे वापरदा उदों मुआवजा कितना दिता गया सीगा जांच के नाम से की होया सीगा हुण ये जांच के नाम से की हो सकता तुहानू की समझ आ रहा उत्थों दे लोग है जिहड़े वो किस तरीके नाल इस सारे मुद्दे नूं प्रभाषित कर रहे हैं क्योंकि लोगों की आवाज़ है जिहड़ी वो सच्ची सुची हुंदी है दस दिंदे आ कि इस मामले विच हुण की जा रहा है तो इस तों पहलां की होया सी। गुरप्रीत चावला देखो 2012 की जी गल करां तां 17 मौतां होईयां लगातार धरने प्रदर्शन करने पए उन्हां लोकां नूं मंग इक्को सी कि सरकारी नौकरी जां मुआवजा 2020 आ गया कोई मुआवजा नहीं मिलिया 2012 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਹੀ ਅੱਜ ਸਰਕਾਰ ਦੇ ਨੁਮਾਇੰਦੇ ਜਿਹੜੇ ਇਹਨਾਂ ਪਰਿਵਾਰਾਂ ਦੇ ਜਿਹੜੇ ਹੁਣ 2020 ਦੇ ਵਿੱਚ ਮੌਤਾਂ ਹੋਈਆਂ ਜਿਹੜੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਨੇ ਤਾਂ ਬੀਜੇਪੀ ਦੇ ਅੱਜ ਅਧਿਕਾਰੀ ਆਏ ਤਰੁਣ ਚੋਕ ਔਰ ਅਕਾਲੀ ਦਲ ਦੇ ਵੀ ਲਗਾਤਾਰ ਜਾ ਰਹੇ ਸੁਖਬੀਰ ਬਾਦਲ ਹੋਰਾਂ ਨੇ ਵੀ ਮੰਗ ਕੀਤੀ 25-25 ਲੱਖ ਰੁਪਈਆ ਮੁਆਵਜ਼ੇ ਦੀ ਲੇਕਿਨ ਆਪਣੀ ਸਰਕਾਰ ਵੇਲੇ ਉਸ ਵੇਲੇ 1 ਰੁਪਈਆ ਕਿਸੇ ਵੀ 17 ਦੇ 17 ਪਰਿਵਾਰਾਂ ਨੂੰ ਨਹੀਂ ਮਿਲਿਆ। ਮੈਂ ਪਰਸੋਂ ਵੀ ਉਹਨਾਂ ਦੇ ਘਰ ਗਿਆ ਮੈਂ ਕੱਲ ਵੀ ਉਹਨਾਂ ਦੇ ਪਰਿਵਾਰ ਬਿਲਕੁਲ ਅਸੀਂ ਸਟੋਰੀ ਚਲਾਈ ਵੀ ਆ ਹੋ ਗੁਰਪ੍ਰੀਤ खाली हाथ मुड़ना पिया क्योंकि वो गरीब परिवार से कुछ लोग जो हेल्प आउट की पीएल फाइल की भी कुछ हासिल ना होने वो अखीर घर बैठ गए अज भी उन्होंने हालात जोड़े ने बद तो बदतर ने जे वो परिवारों की गल करिए एक एक कमरे के चार चार पांच पांच जी रह रहे हैं कमरे छत्त भी ढठन वालिया ने अज भी दिहाड़ियां कर रहे हैं उदों भी दिहाड़ी कर रहे थे लेकिन फर्क यह है कि उन्होंने घर के मोहतवार से जो कमाण वाले एक एक जी या दो दो जी एक घर जी स्टोरी मैं तुम्हें भेजी एक घर के चार लाशा पईयां सी एक लेडी कह रही है कि वह दिन मैं भुल नहीं सकती 6 अगस्त 2012 यो दिन से 6 अगस्त 2012 वीनस मसीह अज भी उस पिंड दे विच आया जौल नंगल दे विच ओ कहिंदी मेरे घर चार लाशां पईआं सी मेरे पति दी मेरे जवान पुत दी जेठ दी देवर दी दसो उस घर दे विच कौन कमाण वाला रह गया एक 12 सालां दा बेटा जिहड़ा अज 20 साल दा और उहदा विआह भी कर दित्ता गया और वह परिवार पाल रहा अपना किहड़े हालातां दे विच उहनां दी लड़ी नंगी होएगी। अज इन्हां परिवारां दी जे गल करिए 2020 दे विच जिहड़ा इंसीडेंट हो रहा है ये जिहड़े परिवार ने सैकड़े तो उपर परिवार ने जे मैं बटाले दे परिवारां दी गल करां ते उह वी इसे हालातां दे विच लंघ रहे कोई रिक्शे वाला है जां कोई होर है जांच की गल जिथों तक जांच उदों की जांच की गल सी दो मुकदमे दर्ज किए गए थे वख-वख थाणियां च घूमण कलां पुलिस स्टेशन पुलिस डिस्ट्रिक्ट बटाले का पुलिस डिस्ट्रिक्ट गुरदासपुर का एक थाणा है किला लाल सिंह ये दोवें पुलिस स्टेशन के मुकदमे दर्ज किए गए दोषियों को फड़िया भी गया अखीर वो ट्रायल चलिया बरी भी हो गए कुछ कुछ सजा भी हुई लेकिन इस तों इलावा होर कुछ नहीं मिलिया परिवारों का उन्हां परिवारों का कहना कि अज दे जे परिवार संघर्ष ना करन कुछ नहीं मिलना इन्हां को ना ये कारोबार बंद हो सकता उन्हां परिवारों का यह कहना ठीक असी करके वेख लिया 8 साल पहले ठीक ठीक है। गुरप्रीत चावला बलटोआ साहब सर सवाल मैं लगता नहीं कोई पूछने की जरूरत है की है सवाल तुहाडे सामने पिया उन्हां 17 परिवारों का उन्होंने इल्जाम है कि उस वेले की तुहाडी सरकार वेले सानू कुछ नहीं मिलिया जांच के नाम से की कुछ होया साडे रिपोर्टर ने दसता बलटोआ साहब की कहना चाहोगे। देखो जदों कोई दुखांत वापरदा है
ਉਦੋਂ ਸਰਕਾਰਾਂ ਨੂੰ ਜਿਹੜੇ ਅਜਿਹੇ ਪਰਿਵਾਰ ਹੁੰਦੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ, ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਔਰ ਮੈਂ ਇਸ ਗੱਲ ਨਾਲ ਸਹਿਮਤ ਹੈ ਕਿ ਚਾਹੇ ਇੰਸੀਡੈਂਟ 2012 'ਚ ਵਾਪਰਿਆ ਸੀਗਾ, ਉਹਨਾਂ ਦੀ ਵੀ ਜਿਹੜੀ ਮਾਲੀ ਮਦਦ ਹੋਣੀ ਚਾਹੀਦੀ ਸੀ। ਔਰ ਜਿਸ ਤਰ੍ਹਾਂ ਇਹਨਾਂ ਜ਼ਿਕਰ ਕੀਤਾ ਕਿ ਇਨਕੁਆਇਰੀਆਂ ਚੱਲੀਆਂ, ਕੇਸ ਚੱਲੇ, ਕੁਛ ਬਰੀ ਹੋ ਗਏ, ਕੁਛ ਨੂੰ ਸਜ਼ਾਵਾਂ ਹੋ ਗਈਆਂ। ਔਰ ਇਹ ਜਿਹੜਾ ਹੈ ਪੁਲਿਸ ਦਾ ਕੰਮ ਹੈ ਕਿ ਜਾਂਚ ਕਰਨ ਤੋਂ ਬਾਅਦ ਕੇਸ ਕੋਰਟ ਦੇ ਵਿੱਚ ਭੇਜ ਦੇਣਾ, ਅਤੇ ਜਿੱਥੇ ਤੱਥ ਚੰਗੇ ਆ ਜਾਂਦੇ ਨੇ, ਮਜ਼ਬੂਤੀ ਨਾਲ ਆ ਜਾਂਦੇ ਹੈ, ਉੱਥੇ ਜਿਹੜੀ ਆ ਦੋਸ਼ੀਆਂ ਨੂੰ ਸਜ਼ਾ ਹੋ ਜਾਂਦੀ ਹੈ। ਜੇ ਗਵਾਹ ਵੀ ਸਟੈਂਡ ਕੀਤੇ ਰਹਿਣ, ਗਵਾਹ ਵੀ ਗਵਾਹੀ ਚੰਗੀ ਤਰ੍ਹਾਂ ਠੋਕ ਕੇ ਦੇਣ, ਅਤੇ ਜਿੱਥੇ ਕਿਤੇ ਗਵਾਹ ਕੋਈ ਕਮਜ਼ੋਰੀ ਦਿਖਾ ਜਾਂਦਾ ਹੈ, ਉੱਥੇ ਜਿਹੜੇ ਦੋਸ਼ੀ ਨੇ ਉਹ ਬਰੀ ਹੋ ਜਾਂਦੇ ਨੇ। ਅਤੇ ਜਿਸ ਤਰ੍ਹਾਂ ਇਹਨੇ ਕਿਹਾ ਕਿ ਕਈ ਦੋਸ਼ੀਆਂ ਨੂੰ ਜਿਹੜੀ ਸਜ਼ਾ ਵੀ ਹੋਈ ਹੈ, ਔਰ ਸਜ਼ਾ ਹੋਣੀ ਵੀ ਚਾਹੀਦੀ ਹੈ, ਕੋਈ ਬਚਣਾ ਵੀ ਨਹੀਂ ਚਾਹੀਦਾ। ਪਰ ਪੁਲਿਸ ਦਾ ਕੰਮ ਜਿਹੜਾ ਆ ਉਹ ਕੰਮ ਹੈਗਾ ਕਿ ਨਿਰਪੱਖ ਹੋ ਕੇ ਜਾਂਚ ਕਰਕੇ ਜਿਹੜੇ ਤੱਥ ਨੇ ਅਦਾਲਤ ਦੇ ਸਾਹਮਣੇ ਰੱਖ ਦੇਵੇ, ਉਸ ਤੋਂ ਬਾਅਦ ਤੇ ਅਦਾਲਤ ਨੇ ਕਰਨਾ ਹੁੰਦਾ। ਪਰ ਹੁਣ ਇੱਥੇ ਜਿਸ ਤਰ੍ਹਾਂ ਦੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਕਿ ਧਰੁਵ ਦਈਆ ਜੀ ਕੋਲੇ ਲੋਕੀ ਜਾ ਕੇ ਪਿੱਟਦੇ ਰਹੇ, ਜਿਹੜੇ SSP ਸੀ ਤਰਨ ਤਾਰਨ, ਹੁਣ ਜਿਹਨਾਂ ਨੂੰ ਰਿਵਾਰਡ ਦੇ ਕੇ ਵੱਡੇ ਜ਼ਿਲ੍ਹੇ 'ਚ ਅੰਮ੍ਰਿਤਸਰ ਰੂਰਲ ਚਲਾਤਾ ਆ, ਉਹਨਾਂ ਨੂੰ ਫੋਨ ਤੇ ਕਹਿੰਦੇ ਰਹੇ, ਮਿਲ ਕੇ ਕਹਿੰਦੇ ਰਹੇ, ਉਹਨਾਂ ਨੂੰ ਜਿਹੜੇ ਵਟਸਐਪ ਜਿਹੜੇ ਹੈ ਉਹ ਮੈਸੇਜ ਕਰਦੇ ਰਹੇ, ਤੇ ਫਿਰ ਵੀ SSP ਸਾਹਿਬ ਕੁਛ ਨਾ ਕਰਨ। ਤੇ ਹੁਣ ਤੁਸੀਂ ਦੂਸਰੀ ਗੱਲ ਜਿਹੜੀ ਹੈ KP ਜੀ, ਮੈਂ ਨਹੀਂ ਕਹਿ ਰਿਹਾ, ਇਕੱਲੇ ਅਕਾਲੀ ਦਲ ਦੀ ਗੱਲ ਨਾ ਕਰੋ ਜਾਂ ਹੋਰ ਵਿਰੋਧੀ ਲੋਕਾਂ ਦੀ ਗੱਲ ਨਾ ਕਰੋ, ਕਾਂਗਰਸ ਪਾਰਟੀ ਦੇ ਸਾਬਕਾ ਵਜ਼ੀਰ, ਸਾਬਕਾ ਮੰਤਰੀ, ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਅਸ਼ਵਨੀ ਸ਼ੇਖੜੀ ਜੀ, ਜਿਹੜੇ ਸਿੱਧੇ ਰੂਪ ਚ ਕਹਿ ਰਹੇ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਵਾਸਤੇ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਨੇ ਉਹ ਦੋਸ਼ੀ ਨੇ, ਤੇ ਤ੍ਰਿਪਤ ਰਜਿੰਦਰ ਬਾਜਵਾ ਜੀ ਸਫਾਈਆਂ ਦਿੰਦੇ ਫਿਰਦੇ ਆ ਜੀ। ਇਹ ਇਸ ਕਰਕੇ ਕਾਂਡ ਵਾਪਰ ਗਿਆ ਕਿ ਕਿਉਂਕਿ ਪੁਲਿਸ ਦਾ ਧਿਆਨ ਕਰੋਨਾ ਵਾਲੇ ਬੰਨੇ ਸੀਗਾ, ਪੁਲਿਸ ਦਾ ਧਿਆਨ ਤਾਂ ਪਤਾ ਨੀ ਕਰੋਨਾ ਵਾਲੇ ਬੰਨੇ ਹੈਗਾ ਹੈ ਕਿ ਨਹੀਂ ਹੈਗਾ, ਪਰ ਕਾਂਗਰਸੀਆਂ ਦਾ ਜ਼ਰੂਰ ਇਸ ਪਾਸੇ ਧਿਆਨ ਸੀਗਾ ਕਿ ਸ਼ਰਾਬ ਦੀ ਨਜਾਇਜ਼ ਕਿਵੇਂ ਕਰਨੀ ਹੈ। ਇਸ ਕਰਕੇ ਦੁੱਖ ਹੈ, ਇਹ ਦੇਖੋ 125 ਦੇ ਮੇਰਾ ਖਿਆਲ ਨੰਬਰ ਕ੍ਰੋਸ ਕਰ ਗਿਆ ਆ ਜਿਹੜੀਆਂ ਮੌਤਾਂ ਦਾ, ਔਰ ਤਿੰਨਾਂ ਜ਼ਿਲ੍ਹਿਆਂ 'ਚ, ਤੇ ਸਪਲਾਈ ਇੱਕੇ ਥਾਂ ਤੋਂ ਹੋਈ ਹੈ। ਕਿੱਥੋਂ ਹੋਈ ਹੈ ਸਪਲਾਈ? ਜਿਹੜੀ ਕਿਸੇ ਵੱਡੇ ਕਾਰਖਾਨੇ 'ਚ ਬਣੀ ਹੋਈ ਨਜਾਇਜ਼ ਸ਼ਰਾਬ ਹੈ। ਕਿਹੜੇ ਕਿਹੜੇ ਕਾਰਖਾਨੇ 'ਚ ਬਲਟਵਾ ਸਾਹਿਬ? ਮਾਲਵੇ 'ਚ ਹੈ ਕੋਈ ਕਾਰਖਾਨਾ? ਸ਼ੰਭੂ ਬਾਰਡਰ ਦੇ ਨੇੜੇ ਹੈ ਕੋਈ ਕਾਰਖਾਨਾ? ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਕੋਈ ਕਾਰਖਾਨਾ? KP ਜੀ, ਇਹ ਜਾਂਚ ਦਾ ਵਿਸ਼ਾ ਆ, ਪਰ ਜਿਹੜੀ ਇਹ ਸਪਲਾਈ ਆ ਇੱਕੇ ਲੋਟ 'ਚ ਹੋਈ ਆ, ਕੋਈ ਵੱਡੇ ਪੱਧਰ ਤੇ ਕਿਤੇੋਂ ਸਪਲਾਈ ਹੁੰਦੀ ਆ, ਜਿਹੜੀ ਵੱਖ ਵੱਖ ਥਾਵਾਂ ਤੇ ਸਪਲਾਈ ਕੀਤੀ ਗਈ ਇੱਕੇ ਥਾਂ ਤੋਂ ਬਣ ਕੇ ਆਈ ਹੈ, ਤੇ ਉਸੇ ਸਪਲਾਈ ਕਰਕੇ ਜਿਹੜੀ ਜਿਹੜੇ ਤਿੰਨ ਜ਼ਿਲ੍ਹੇ ਹਿੱਲ ਗਏ ਨੇ, ਜਿਹੜੇ 125 ਤੋਂ ਉੱਤੇ ਮੌਤ ਹੋ ਗਈ ਹੈ, ਤੇ ਉਹ ਇਹਦਾ ਮਤਲਬ ਹੈ ਕਿ ਸ਼ਰਾਬ ਕਿਤੇ ਇੱਕੇ ਥਾਂ ਤੇ ਬਣੀ ਹੈ, ਤੇ ਬਣਾਉਣ ਵਾਲੀ ਫੈਕਟਰੀ ਕਿੱਥੇ ਹੈ? ਫੈਕਟਰੀਆਂ ਤੇ ਚੱਲਣ ਡੀਆਂ, ਰੁਕਣ ਵਾਲਾ ਕੋਈ ਨਹੀਂ ਹੈਗਾ। ਠੀਕ ਹੈ, ਕਿੰਗਰਾ ਸਾਹਿਬ, ਵਟੋਆ ਸਾਹਿਬ ਨੇ ਬਹੁਤ ਜ਼ਿੰਮੇਵਾਰੀ ਨਾਲ ਤੁਹਾਡੇ ਕਈ ਵਿਧਾਇਕਾਂ ਦਾ ਨਾਮ ਲੈ ਦਿੱਤੇ ਆ, ਹੁਣ ਮੰਤਰੀ ਦਾ ਨਾਮ ਵੀ ਲੈ ਦਿੱਤਾ ਹੈ, ਉਸ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਜੋੜ ਲਓ, ਅਤੇ ਉਸ ਦੇ ਨਾਲ ਸ਼ਮਸ਼ੇਰ ਸਿੰਘ ਦੁੱਲੋਹਰਾਂ ਦਾ ਨਾਮ ਵੀ ਜੋੜ ਲਓ। ਸਰ, ਸਾਰੇ ਤੁਹਾਡੇ ਆਪਣੀ ਪਾਰਟੀ 'ਚੋਂ ਵੀ ਸਵਾਲ ਉੱਠ ਰਿਹਾ ਕਿੰਗਰਾ ਸਾਹਿਬ, ਜਿਹੜਾ ਇਹਨਾਂ ਦੇ ਵੇਲੇ ਜਾਂਚ ਹੋਈ, ਇਹਨਾਂ ਦੇ ਵੇਲੇ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ? ਸਰ, ਉਹ ਗੱਲਾਂ ਹੁਣ ਛੱਡਣੀਆਂ ਪੈਣਗੀਆਂ ਜਾਂ ਨਹੀਂ ਪੈਣਗੀਆਂ ਮੈਨੂੰ ਇਸ ਤਰ੍ਹਾਂ ਨਹੀਂ ਪਤਾ, ਪਰ ਮੈਨੂੰ ਇਹ ਪਤਾ ਕਿੰਗਰਾ ਸਾਹਿਬ, ਤੁਹਾਡੀ ਸਰਕਾਰ ਦੇ ਉੱਤੇ ਵੀ ਸਵਾਲ ਇਹ ਹੈ ਕਿ ਜਾਂਚ ਦੇ ਨਾਮ ਉੱਤੇ ਤੁਸੀਂ ਵੀ ਲੀਪਾਪੋਤੀ ਕਰਨੀ ਹੈ, ਤੇ ਮੁਆਵਜ਼ੇ ਵਾਲਾ ਮਲਮ ਲਾ ਕੇ ਤੁਸੀਂ ਸਾਰੇ ਮੁੱਦੇ ਨੂੰ ਢਕਣਾ ਚਾਹੁੰਦੇ ਹੋ। ਕਿੰਗਰਾ ਸਾਹਿਬ, ਲਾਸਟ ਕਮੈਂਟ ਫਟਾਫਟ ਪਲੀਜ਼। ਇਹ ਬਿਲਕੁਲ ਨਹੀਂ ਹੋ ਸਕਦਾ ਗਾ। ਦੂਜੀ ਗੱਲ ਜਿਹੜੀ ਇਹਨਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਂ ਲਿਆ ਹੈ, ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਗਾ। ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹੋ ਜਿਹੇ ਕੰਮ ਦੇ ਵਿੱਚ ਭਾਈਵਾਲ ਕਦੇ ਨਹੀਂ ਹੋ ਸਕਦੇ। ਜੇ ਅਸ਼ਵਨੀ ਸ਼ੇਖ, ਇੱਕ ਮਿੰਟ, ਬਟੋਆ ਸਾਹਿਬ ਆ ਰਿਹਾ, ਮੈਂ ਬਟੋਆ ਸਾਹਿਬ ਆ ਰਿਹਾ, ਤੁਹਾਨੂੰ ਮੌਕਾ ਦਊਂਗਾ ਸਰ, ਮੈਂ ਹੋਰ ਦਊਂਗਾ। ਹਾਂ, ਕਿੰਗਰਾ ਸਾਹਿਬ ਬੋਲੋ। ਜੇ ਸ਼ੇਖ ਜੀ ਨੇ ਇਹ ਗੱਲ ਕਹੀ ਹੈ ਤਾਂ ਉਹਦੀ ਕੋਈ ਪਾਰਟੀ ਦੇ ਵਿੱਚ ਇੰਟਰਨਲ ਰਾਈਵਲਰੀ ਹੋਣੀ ਹੈ। ਉਹਨੂੰ ਵੀ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀਗਾ ਕਿ ਕੀ ਕਹਿ ਰਹੇ ਨੇ, ਕਿਉਂਕਿ ਜਿੰਨਾ ਚਿਰ ਪੁਖਤਾ ਸਬੂਤ ਨਾ ਹੋਣ ਉਹਨਾਂ ਚਿਰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਨਕੁਆਇਰੀ ਦੇ ਵਿੱਚ ਸਭ ਕੁਝ ਬਾਹਰ ਆਵੇਗਾ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਵੱਡਾ ਬੰਦਾ ਕਿੱਡਾ ਵੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ, ਕਿਉਂਕਿ ਹੁਣ ਹਾਲਾਤ ਬਦਲ ਗਏ ਨੇ। ਬਲਟਵਾ ਸਾਹਿਬ ਹੁਣੇ ਕਹਿੰਦੇ ਸੀ ਮੈਂ ਜਾਣਦਾ ਨਹੀਂਗਾ ਉਹਨੂੰ, ਲੇਡੀ ਨੂੰ, ਉਹ ਇਹਨਾਂ ਦੀ ਜਿਹੜੀ ਹੈ ਜਨਰਲ ਸੈਕਟਰੀ ਨਿਕਲੀ। ਬਲਟਵਾ ਸਾਹਿਬ ਕਹਿੰਦੇ ਕਿਉਂ ਕਾਂਡ ਵਾਪਰਿਆ, 2012 ਦੇ ਕਾਂਡ ਦੀ ਕਹਾਣੀ ਸੁਣਾਤੀ, ਹੁਣ ਉਹ ਜ਼ਮਾਨਾ ਨਹੀਂ ਰਿਹਾ ਬਲਟਵਾ ਸਾਹਿਬ, ਲੋਕ ਸਿਆਣੇ ਹੋ ਗਏ ਨੇ, ਤੁਸੀਂ ਕੁਛ ਨਹੀਂ ਨਕੋ ਸਕਦੇ। ਇਹਨਾਂ ਦੀ ਜਨਰਲ ਸੈਕਟਰੀ ਨਿਕਲੀ ਕਿੰਗਰਾ ਸਾਹਿਬ, ਉਹ ਇਹਨਾਂ ਦੀ ਜਨਰਲ ਸੈਕਟਰੀ ਨਿਕਲੀ, ਤੇ ਤੁਹਾਡੇ ਹੁਣ ਜਦੋਂ ਪ੍ਰਸ਼ਾਸਨਿਕ ਅਫਸਰ ਉੱਥੇ ਜਾਂਚ ਕਰਦੇ ਫਿਰਦੇ ਸੀਗੇ, ਉਹ ਲੇਡੀ ਸਰ ਉੱਥੇ ਨਾਲ ਨਾਲ ਤੁਰੀ ਫਿਰਦੀ ਸੀ, ਉਹਨੂੰ ਨਾਲ ਕਿਹਨੇ ਤੁਰਿਆ? ਦੇਖੋ ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਬੰਦਾ ਜਿਹੜਾ ਨਾ ਉਹ ਲੋਕਾਂ ਨੂੰ ਸਮਝਦਾ ਹੈ ਕਿ ਜਿਹੜੇ ਪ੍ਰਸ਼ਾਸਨ ਆ ਉਹ ਬੇਵਕੂਫ ਹੈ। ਮੈਂ ਬਹੁਤ ਵਾਰੀ ਇਹ ਚੀਜ਼ ਵੇਖੀ ਹੈ, ਲੇਕਿਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਪ੍ਰਸ਼ਾਸਨ, ਦੇਖੋ ਇਨਕੁਆਇਰੀ ਕਰਨਾ ਤੇ ਇਨਕੁਆਇਰੀ ਤੇ ਐਕਸ਼ਨ ਕਰਨਾ ਇਹ ਦੋ ਅੱਡ ਅੱਡ ਗੱਲਾਂ ਨੇ।
ਬੜੀ ਵੱਡੀਆਂ ਵੱਡੀਆਂ ਇਨਕੁਆਰੀਆਂ ਮੈਂ ਦੇਖੀਆਂ ਨੇ, ਮੈਚ ਫਿਕਸਿੰਗ ਦੀ, ਕ੍ਰਿਕਟ ਚ ਇਨਕੁਆਰੀ ਹੋਈ, ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਉੱਤੇ। ਮੇਰੇ ਹੱਥਾਂ ਨਾਲ ਨੋਟਿਸ ਗਏ ਸੀ ਲੋਕਾਂ ਨੂੰ, ਇਹਦੇ ਚ ਪੋਲੀਟੀਕਲ ਲੋਕ ਜਿਹੜੇ ਨੇ ਉਹ ਪ੍ਰੋਟੈਕਸ਼ਨ ਦਿੰਦੇ ਨੇ। ਤੁਹਾਨੂੰ ਖਾਕੀ ਤੇ ਖਾਦੀ ਦਾ ਕਨੈਕਸ਼ਨ ਇਸ ਵਿੱਚ ਲੱਗਦਾ ਕਿੰਗਰਾ ਸਾਹਿਬ? ਅਕਾਲੀ ਵੀ ਦਿੰਦੇ ਸੀਗੇ, ਉਹ ਜਿਹੜੇ ਲੋਕ ਨੇ ਉਹ ਜਿਹੜੀ ਵੀ ਪੋਲੀਟੀਕਲ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਪੈਰੀ ਤਲੋ। ਸਰ ਕਿੰਗਰਾ ਸਾਹਿਬ ਖਾਕੀ, ਕਿੰਗਰਾ ਸਾਹਿਬ ਖਾਕੀ, ਖਾਕੀ ਤੇ ਖਾਦੀ, ਕਿੰਗਰਾ ਸਾਹਿਬ ਸਭ ਸਵਾਲ ਤੋਂ ਸੁਣ ਲਓ, ਖਾਕੀ ਤੇ ਖਾਦੀ ਦਾ ਕਨੈਕਸ਼ਨ ਹੈਗਾ? ਅਸ਼ਵਨੀ ਸੇਖੜੀ ਦਾ ਜ਼ਿਕਰ ਕਰਤਾ ਸਰ, ਉਹਨਾਂ ਦੀ ਲੋਕਲ ਪੋਲਿਟਿਕਸ ਹੋਊਗੀ? ਅਸ਼ਵਨੀ ਸੇਖੜੀ ਤੇ ਤ੍ਰਿਪਤ ਰਜਿੰਦਰ ਬਾਜਵਾ ਹਰਾਂ ਦੀ ਸਰ, ਉਹ ਲੋਕਲ ਪੋਲਿਟਿਕਸ ਦੇ ਵਿਚਾਰੇ ਤੁਹਾਡੇ ਕੋਲ ਸਬੂਤ ਕੀ ਹੈਗੇ ਆ? ਅਸ਼ਵਨੀ ਸੇਖੜੀ ਜੋ ਕਹਿੰਦੇ ਉਹ ਸੱਚ ਬੋਲਦੇ ਪਏ ਆ? ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ। ਇੱਕ ਮਿੰਟ ਪਲੀਜ਼ ਕਿੰਗਰਾ ਸਾਹਿਬ। ਦੇਖੋ ਇੱਕ ਜਿਹੜਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਾਬਕਾ ਵਜ਼ੀਰ ਹੋਣ, ਸਾਬਕਾ MLA ਹੋਣ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਹੋਣ, ਕੋਈ ਛੋਟੀ ਜੀ ਗੱਲ? ਜਿਹੜਾ ਕੋਈ ਬੰਦਾ ਸਿਆਸਤ ਦੇ ਕਿਸੇ ਪੌੜੀ ਤੇ ਏਡੀ ਵੱਡੀ ਤੇ ਚੜਿਆ ਹੋਵੇ, ਸੀਨੀਅਰ ਆਗੂ ਹੋਵੇ, ਤੇ ਉਹ ਕਿਸੇ ਬਾਰੇ ਔਨ ਚੈਨਲ ਕਹਿੰਦਾ ਆ ਔਰ ਬੜਾ ਵੱਡਾ ਦੋਸ਼ ਹੈ, ਉਹਨੂੰ ਵੀ ਪਤਾ ਇਹ ਮੈਂ ਗੱਲ ਬੜੀ ਵੱਡੀ ਕਰ ਰਿਹਾ। ਤੇ ਇੱਕ ਮਿੰਟ, ਜੰਡਿਆਲਾ ਗੁਰੂ ਤੋਂ MLA ਨੇ ਡੈਣੀ ਜੀ, ਜਿਹਨਾਂ ਬਾਰੇ ਵੀ ਮੈਂ ਚਰਚਾ ਕੀਤੀ ਆ, ਉਹਨਾਂ ਨੇ ਵੀ ਸਿੱਧੇ ਰੂਪ ਚ ਦੋਸ਼ ਲਾਇਆ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਬਟਾਲਿਓਂ ਆਈ ਹੈ, ਔਰ ਕੈਮਰਾ ਉਹਨਾਂ ਨੇ ਦੋਸ਼ ਲਾਇਆ ਕਿ ਬਟਾਲਿਓਂ ਸ਼ਰਾਬ ਆਈ ਹੈ, ਤੇ ਬਟਾਲੇ ਬਾਰੇ ਸੇਖੜੀ ਜੀ ਗੱਲ ਕਰ ਰਹੇ ਆ, ਔਰ ਦੂਸਰੇ ਬੰਨੇ ਪ੍ਰਤਾਪ ਸਿੰਘ ਬਾਜਵਾ ਆ ਦੂਲੋਂ ਜੀ ਜਿਹੜੇ ਕਹਿੰਦੇ ਕਿ ਸਾਡੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ, ਕ੍ਰਿਮੀਨਲ ਜਿਹੜੇ ਹਾਵੀ ਹੋ ਚੁੱਕੇ ਨੇ, ਤੇ ਜੇ ਕ੍ਰਿਮੀਨਲ ਹਾਵੀ ਹੋ ਚੁੱਕੇ ਨੇ, ਪੰਜਾਬ ਦਾ ਖਜ਼ਾਨਾ ਲੁੱਟਿਆ ਜਾ ਰਿਹਾ, ਲੋਕਾਂ ਦੀ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ, ਜ਼ਹਿਰੀਲੀ ਸ਼ਰਾਬ ਪਰੋਸੀ ਜਾ ਰਹੀ ਹੈ, ਸ਼ਰਾਬ ਦੀ ਨਜਾਇਜ਼ ਸਮਗਲਿੰਗ ਹੋ ਰਹੀ ਹੈ, ਵੱਡੀਆਂ ਵੱਡੀਆਂ ਡਿਸਟਿਲਰੀਆਂ ਚੱਲ ਰਹੀਆਂ ਨੇ, ਵੱਡੀਆਂ ਵੱਡੀਆਂ ਫੈਕਟਰੀਆਂ ਚੱਲ ਰਹੀਆਂ ਨੇ, ਤੇ ਫਿਰ ਦੱਸੋ ਅਜੇ ਵੀ ਸਾਫ਼ ਸੁਥਰੇ, ਅਜੇ ਵੀ ਇਹਨਾਂ ਨੂੰ ਤੁਸੀਂ ਬਰੀ ਕਰੋਗੇ ਗਨਾਹਾਂ ਤੋਂ? ਇਸ ਕਰਕੇ ਜਿਹੜਾ ਇਹ ਜਿਹੜੇ ਇਹਨਾਂ ਗਨਾਹ ਕੀਤੇ ਆ ਜਾਂ ਜੋ ਇਹਨਾਂ ਪਾਪ ਕਮਾਏ ਆ, ਜਿਸ ਤਰ੍ਹਾਂ ਦੇ ਇਹਨਾਂ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਆ, ਇਹ ਇਹਨਾਂ ਨੂੰ ਜਵਾਬ ਦੇਣਾ ਪਊਗਾ। ਕਿੰਗਰਾ ਸਾਹਿਬ ਕੀ ਜਵਾਬ ਦੋਗੇ ਸਰ, ਫਟਾਫਟ ਦੇ ਦਿਓ ਜਵਾਬ ਪਲੀਜ਼। ਮੈਂ ਇਹਦਾ ਜਵਾਬ ਇਹ ਦੇਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹਨਾਂ ਦੀ ਪਾਰਟੀ ਦੇ ਕੈਬਨਿਟ ਮਿਨਿਸਟਰ ਰਹੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਬਥੇਰੇ ਇਲਜ਼ਾਮ ਲਾਏ ਆ, ਇਹਨਾਂ ਦੇ ਬ੍ਰਹਮਪੁਰਾ ਜੀ ਨੇ ਬਥੇਰੇ ਇਲਜ਼ਾਮ ਲਾਏ ਆ, ਹੋਰਨਾਂ ਲੀਡਰਾਂ ਨੇ ਬਥੇਰੇ ਇਲਜ਼ਾਮ ਲਾਏ ਆ, ਇਹ ਇੰਟਰਨਲ ਪਾਰਟੀ ਦੀਆਂ ਰਾਇਵਲਰੀਜ਼ ਹੁੰਦੀਆਂ ਹੈ, ਬਟੋਆ ਸਾਹਿਬ ਤੁਹਾਡੇ ਤੇ ਬੜੇ ਇਲਜ਼ਾਮ ਲੱਗੇ ਆ, ਤੁਸੀਂ ਭੁੱਲ ਗਏ ਪਾਰਟੀਆਂ ਦੇ ਵਿੱਚ ਇਲਜ਼ਾਮ ਲੱਗਦੇ ਨੇ, ਇਹੋ ਜਿਹੀਆਂ ਗੱਲਾਂ ਨਾ ਕਰੋ, ਪੋਲੀਟੀਸ਼ੀਅਨ ਦਾ, ਪੁਲਿਸ ਦਾ, ਕ੍ਰਿਮੀਨਲ ਦਾ ਨੈਕਸਸ ਹੈ, ਲੇਕਿਨ ਕਿਸ ਲੈਵਲ ਤੇ? ਅਕਾਲੀ ਦਲ ਦੇ ਵਿੱਚ ਵੀ ਲੋਕ ਇਹੋ ਜਿਹੇ ਨੇ ਜਿਹੜੇ ਸਰ, ਫਿਰ ਸਰ ਅਸਤੀਫਾ ਮੰਗੀ ਜਾਂਦੇ ਮੁੱਖ ਮੰਤਰੀ ਦਾ, ਜੇ ਸਰ ਤੁਸੀਂ ਇੱਥੇ ਕਹਿ ਰਹੇ ਹੋ ਨੈਕਸਸ ਹੈਗਾ, ਇੱਕ ਮਿੰਟ ਕਿੰਗਰਾ ਸਾਹਿਬ, ਹਾਲਾਤ ਇਸ ਤਰ੍ਹਾਂ ਹੋ ਰਹੇ, ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਜੇ ਤੁਸੀਂ ਕਹਿ ਰਹੇ ਹੋ ਨੈਕਸਸ ਹੈਗਾ, ਸਰ ਇਹਦਾ ਅਸਤੀਫਾ ਮੰਗੀ ਜਾਂਦੇ ਅਮਰਿੰਦਰ ਸਿੰਘ ਜੀ ਦਾ, ਕਿਉਂ ਅਸਤੀਫਾ ਦੇ ਵਿੱਚ ਚੀਫ ਮਿਨਿਸਟਰ ਇਸ ਗੱਲ ਦੇ ਉੱਤੇ? ਹਾਂ, ਇੱਥੇ 100-100 ਅੱਤਵਾਦੀਆਂ ਨੇ ਲਾਲਾ ਬੰਦੇ ਮਾਰੇ ਆ, ਉਦੋਂ ਵੀ ਕਿਸੇ ਨੇ ਅਸਤੀਫਾ ਮੰਗੇ? ਸਰ ਉੱਥੋਂ ਕਿਸੇ MLA ਦਾ ਅਸਤੀਫਾ ਹੋ ਸਕਦਾ, ਕਿਸੇ ਮੰਤਰੀ ਦਾ ਅਸਤੀਫਾ ਹੋ ਸਕਦਾ, ਉਹਨਾਂ ਨੇ ਜ਼ਿਲ੍ਹਿਆਂ ਦਾ ਜਿਹਨਾਂ ਦੀ ਜ਼ਿੰਮੇਵਾਰੀ ਸੀ, ਜਾਂ ਸਰ ਫਿਰ ਉਹਨਾਂ ਤੇ ਕਾਰਵਾਈ ਕਰ ਦਿਓ ਜਿਹਨਾਂ ਜਿਹਨਾਂ ਦੀ ਬਦੌਲਤ ਸਭ ਕੁਝ ਹੋਇਆ, ਇਹ ਪੁਲਿਸ ਵਾਲਾ ਚਾਹੇ ਕੋਈ ਐਕਸਾਈਜ਼ ਡਿਪਾਰਟਮੈਂਟ ਦਾ, ਉਹਨਾਂ ਤੇ ਕਾਰਵਾਈ ਕਰ ਦਿਓ। ਫਿਰ ਪੁਲਵਾਮਾ ਦੇ ਵਿੱਚ ਕਿੰਨੇ ਫੌਜੀ ਮਰ ਗਏ ਸੀ, ਉੱਥੇ ਤੁਸੀਂ ਗਵਰਨਰ ਦਾ ਅਸਤੀਫਾ ਮੰਗਿਆ, ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਿਆ, ਇਹੋ ਜਿਹੀਆਂ ਗੱਲਾਂ ਅਸਤੀਫੇ ਨਹੀਂ ਦਿੱਤੇ ਜਾਂਦੇ ਬਟਵਾ ਸਾਹਿਬ, ਬਟਵਾ ਸਾਹਿਬ ਅਸਤੀਫੇ ਵਾਲੀ ਪੋਲਿਟਿਕਸ ਤੁਹਾਡੀ ਬੇਮਾਨ ਹੈ। ਦੇਖੋ KP ਜੀ, ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਆ ਨਜਾਇਜ਼ ਸ਼ਰਾਬ ਦੀ ਸਮਗਲਿੰਗ ਦਾ ਰੌਲਾ ਪਿਆ, ਕਹਾਣੀਆਂ ਸਾਹਮਣੇ ਆਈਆਂ, ਅਫਸਰ ਮੰਤਰੀਆਂ ਨਾਲ ਲੜੇ, ਮੰਤਰੀ ਅਫਸਰਾਂ ਨਾਲ ਲੜੇ, MLA ਨੇ ਦੋਸ਼ ਲਾਏ, ਤੇ ਕੈਪਟਨ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਜਿਸ ਵੀ ਕਿਸੇ ਇਲਾਕੇ 'ਚ ਨਜਾਇਜ਼ ਸ਼ਰਾਬ ਦਾ ਧੰਦਾ ਹੋਇਆ ਉਹਦੇ ਵਾਸਤੇ SHO, DSP ਤੇ ਸੰਬੰਧਿਤ ਪੁਲਿਸ ਅਧਿਕਾਰੀ ਜ਼ਿੰਮੇਵਾਰ ਹੋਣਗੇ, ਉਹਨਾਂ ਦੇ ਵਿਰੁੱਧ ਕਾਰਵਾਈ ਹੋਊਗੀ। ਤੇ ਕਾਰਵਾਈ ਕੀ? ਕੇਵਲ ਤੇ ਕੇਵਲ ਸਸਪੈਂਸ਼ਨ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਸਾਰੇ ਘਾਲੇ ਮਾਲੇ ਦੀ, ਨਜਾਇਜ਼ ਸ਼ਰਾਬ ਦੀ ਸਮਗਲਿੰਗ ਦੀ, ਪੰਜਾਬ ਦੇ ਖਜ਼ਾਨੇ ਨੂੰ ਲੱਗੇ ਹੋਏ ਚੂਨੇ ਦੀ, 3 ਮੈਂਬਰੀ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਸੀ, ਜਿਹਦੇ ਸੁਖ ਸਰਕਾਰੀਆ ਜੀ ਚੇਅਰਮੈਨ ਬਣਾਏ ਸੀ ਜੀ, ਤੇ ਮੇਰੇ ਖਿਆਲ ਵਿਜੇਇੰਦਰ ਸਿੰਗਲਾ ਦੇ ਇੱਕ ਮੰਤਰੀ ਹੋਰ ਸੀਗੇ। ਕੋਈ ਕਮੇਟੀ ਦੀ ਰਿਪੋਰਟ ਸਾਹਮਣੇ ਆਈ? ਕੋਈ ਕਮੇਟੀ ਦੀ ਹਿਰਜੋ ਨਜ਼ਰ ਆਈ? ਉਹ ਤਾਂ ਜੇ ਕੁਛ ਹੋਇਆ ਨੀ, ਡਿਸਟਿਲਰੀਆਂ ਬਾਰੇ ਕੁਛ ਬਣਿਆ ਨੀ, ਜਿਹੜੇ ਬੜੇ ਬੜੇ ਕਾਰਖਾਨੇ ਫੜੇ ਗਏ ਆ, ਜਿਹੜੇ ਇਹਨਾਂ ਦੇ ਧਾਰਮਿਕ ਸਲਾਹਕਾਰ ਆਏ ਕੈਪਟਨ ਅਮਰਿੰਦਰ ਸਿੰਘ ਦੇ, ਮੁੱਖ ਮੰਤਰੀ ਸਾਹਿਬ ਦੇ ਜਿਹੜੇ ਪਰਮਜੀਤ ਸਰਨਾ, ਉਹਨਾਂ ਦੀ ਬੇਟੀ ਦੀ ਜਿਹੜੀ ਫੈਕਟਰੀ ਆ ਉਹਦੇ ਚੋਂ ਨਿਕਲੀ ਹੋਈ ਨਜਾਇਜ਼ ਸ਼ਰਾਬ ਜਿਹੜੀ ਹੈ
ਇਹ ਬਿਨਾਂ ਟੈਕਸ ਤੋਂ ਪੰਜਾਬ ਦੇ ਅੰਦਰ ਸਪਲਾਈ ਕੀਤੀ ਜਾ ਰਹੀ ਸੀ, ਵੱਡੇ ਪੱਧਰ ਤੇ ਫੜੀ ਗਈ, ਕੁਛ ਹੋਇਆ? ਇਸ ਕਰਕੇ ਜਦੋਂ ਲਾਗੀ ਇਸੇ ਕੰਮ ਤੇ ਗਏ ਹੈ ਵੀ ਰੇਤਾ ਦੀ ਵੀ ਨੱਪ ਕਿੱਲੀ ਦਿਓ, ਸ਼ਰਾਬ ਵਾਲੀ ਵੀ ਨੱਪ ਕਿੱਲੀ ਦਿਓ, ਜਿੱਥੋਂ ਹੱਥ ਲੱਗਦੀ ਹੈ ਜਿਸ ਤਰ੍ਹਾਂ ਦੀ ਬਣਦੀ ਹੈ ਵੱਡੀਆਂ ਵੱਡੀਆਂ ਫੈਕਟਰੀਆਂ ਖੋਲ ਦਿਓ, ਤੇ ਫਿਰ ਦੱਸੋ ਅਜੇ ਕੋਈ ਕਸਰ ਹੈਗੀ? ਕੋਈ ਅਸੀਂ ਦੋਸ਼ ਲਾ ਰਹੇ ਹਾਂ? ਇਹਦੇ ਤੁਸੀਂ ਗਨਾਹ ਕਰ ਰਹੇ ਜੇ, ਤੇ ਗਨਾਹ ਲੋਕ ਛਿਪ ਕੇ ਕੀਤੇ ਹੋਏ ਨਹੀਂ, ਲੋਕਾਂ ਦੇ ਸਾਹਮਣੇ ਆ ਚੁੱਕੇ, ਪੰਜਾਬ ਦੇ ਲੋਕਾਂ ਦੇ ਸਾਹਮਣੇ। ਔਰ ਦੂਸਰੀ ਗੱਲ ਇਹ ਵੀ ਕਿੰਗਰਾ ਜੀ, ਮੇਰੇ ਵਿਰੁੱਧ ਅੱਜ ਕੱਲ੍ਹ ਤੁਹਾਡੀ ਸਰਕਾਰ ਹੈ, ਜੇ ਵਿਰਸਾ ਸਿੰਘ ਬਲਟੋਹਾ ਨੇ ਬੀਤੇ ਵਿੱਚ ਕੋਈ ਗਨਾਹ ਕੀਤਾ ਆ, ਕਿਸੇ ਵੀ ਤਰ੍ਹਾਂ ਦਾ ਕੀਤਾ ਆ, ਤੇ ਵਿਰਸਾ ਸਿੰਘ ਬਲਟੋਹਾ ਨੂੰ ਠੋਕੋ, ਫਿਰ ਕੇਂਦਰ ਦਿਓ, ਵੱਡੀ ਤੋਂ ਵੱਡੀ ਸਜ਼ਾ ਦਿਓ, ਅਕਾਲੀ ਦਲ ਦਾ ਹਰ ਲੀਡਰ ਸਰ ਤੁਹਾਨੂੰ ਇਹ ਚੈਲੇਂਜ ਕਰ ਰਿਹਾ ਤੁਹਾਡੀ ਪਾਰਟੀ ਨੂੰ, ਸਰ ਤੁਹਾਡੇ ਕੋਲ ਜਵਾਬ ਹੀ ਹੈ ਨੀ ਗਾ? ਤੁਸੀਂ ਜਦੋਂ ਵੋਟਾਂ ਲੈਣੀਆਂ ਸੀ ਸਰ ਉਦੋਂ ਤੁਸੀਂ ਇਹੀ ਗੱਲਾਂ ਕਹਿ ਕੇ ਆਏ ਸੀਗੇ, ਅਕਾਲੀ ਬੀਜੇਪੀ ਨੇ ਆਹ ਕਰਤਾ ਆਹ ਕਰਤਾ ਕਰਤਾ, ਸਰ ਨੈਕਸਸ ਇਹਨਾਂ ਦੇ ਤੁਸੀਂ ਤੋੜ ਹੀ ਨਹੀਂ ਸਕੇ। ਦੇਖੋ ਮੈਂ ਤੁਹਾਨੂੰ ਕਹਿ ਚੁੱਕਿਆ ਗਾ, ਇਹ ਹੁਣ ਹਾਲਾਤ ਦੇਖੋ, ਇਹ ਸਮਾਜ ਦੇ ਵਿੱਚ ਇੱਕ ਨਿਗਾਰ ਆਇਆ ਹੋਇਆ ਹੈ, ਸਮਾਜ ਦੇ ਵਿੱਚੋਂ ਹੀ ਜਾਂਦੇ ਨੇ ਨੇਤੇ, ਆ ਸਮਾਜ ਦੇ ਵਿੱਚੋਂ ਹੀ ਨੇ ਪੋਲੀਟੀਸ਼ੀਅਨ। ਸਰ ਸਮਾਜ ਵਿੱਚ ਨਿਗਾਰ ਘੱਟ ਆ ਸਰ, ਪੋਲੀਟਿਕਸ ਵਿੱਚ ਨਿਗਾਰ ਆ ਗਿਆ ਸਰ, ਪੋਲੀਟਿਕਸ ਵਿੱਚ ਨਿਗਾਰ ਆ ਗਿਆ, ਇੰਨੀਆਂ ਮੌਤਾਂ ਹੋ ਜਾਣ ਤੇ ਸਰ ਉਸ ਤੋਂ ਬਾਅਦ ਵੀ ਤੁਸੀਂ ਇਹ ਕਹੋ ਕਿ ਪੰਜਾਬ ਪੁਲਿਸ ਸਮਰੱਥ ਆ ਜਾਂਚ ਕਰਨ ਦੇ, ਤੁਸੀਂ ਇਹ ਕਹੋ ਕਿ ਅਸੀਂ ਮੁਆਵਜ਼ਾ ਦੇ ਦਾਂਗੇ, ਤੁਸੀਂ ਇਹ ਕਹੋ ਕਿ ਇਹ ਇਹਦਾ ਕਨੈਕਸ਼ਨ ਪੋਲੀਟੀਕਲ ਨਹੀਂ ਹੈਗਾ ਗਾ, ਸਰ ਨਿਗਾਰ ਤਾਂ ਸਿਆਸਤ ਵਿੱਚ ਆ ਚੁੱਕਿਆ ਕਿੰਗਰਾ ਸਾਹਿਬ। ਦੇਖੋ ਨਹੀਂ ਨਹੀਂ ਮੈਂ ਇਹੋ ਜਿਹੀਆਂ ਗੱਲਾਂ ਕਿਉਂ ਕਰਾਂ? ਮੈਂ ਜਨਰਲ ਸਮਾਜ ਦੀ ਪ੍ਰੋਬਲਮ ਕਰ ਰਿਹਾ, ਇਹਦੇ ਵਾਸਤੇ ਕੋਈ ਪਾਰਟੀ ਜ਼ਿੰਮੇਵਾਰ ਨਹੀਂ ਹੈ, ਕਾਂਗਰਸ ਜ਼ਿੰਮੇਵਾਰ ਨਹੀਂ ਹੈ ਇਹਦੇ ਵਾਸਤੇ, ਜ਼ਿੰਮੇਵਾਰ ਨਹੀਂ ਦੇਖੋ ਸੋਸਾਇਟੀ ਦੇ ਵਿੱਚ ਪੈਸੇ ਕਮਾਉਣ ਦੀ ਖਾਤਰ ਕ੍ਰਿਮੀਨਲਾਈਜੇਸ਼ਨ ਬਹੁਤ ਹੋ ਰਹੀ ਹੈ, ਵਰਨਾ ਤੁਸੀਂ ਦੱਸੋ ਸਰ ਵੋਟਾਂ ਤੁਹਾਡੀ ਸਰਕਾਰ ਨੂੰ ਕਿਉਂ ਪਾਈਆਂ? ਫਿਰ ਅਸੀਂ ਕਿਉਂ ਪਾਈਆਂ, ਕਿਉਂ ਪਾਈਆਂ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਕਿਉਂ ਵੋਟਾਂ ਪਾਈਆਂ ਜੇ ਤੁਸੀਂ ਇਸ ਕ੍ਰਿਮੀਨਲ ਸਿਸਟਮ ਨੂੰ ਖਤਮ ਨਹੀਂ ਕਰਨਾ? ਤਾਂ ਪੰਜਾਬ ਦੇ ਵਿੱਚ ਕਿੰਨੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਅੰਦਰ ਕੀਤੇ ਗਏ ਨੇ ਪ੍ਰੈਜ਼ੈਂਟ ਸਰਕਾਰ ਨੇ, ਚਲੋ ਕਿਸ ਤਰ੍ਹਾਂ ਜਿਹੜਾ ਕੈਂਗਰਾ ਸਾਹਿਬ ਠੀਕ ਹੈ, ਤੋ ਵੱਡਾ ਮਗਰਮੱਛ ਅੰਦਰ ਕਰੋਗੇ ਸਰ? ਉਧਰ ਮੈਂ ਇੱਥੇ ਬਹਿ ਕੇ ਵਧਾਈ ਦਊਂਗਾ ਸਰ ਤੁਹਾਨੂੰ, ਜਦੋਂ ਵੱਡਾ ਮਗਰਮੱਛ ਫੜੋਗੇ ਤੁਸੀਂ, ਹੁਣ ਹੀ ਸਰ ਛੋਟੀਆਂ ਮੱਛੀਆਂ ਬਹਿ ਕੇ ਤੁਸੀਂ ਬੁੱਤਾ ਸਾਰ ਰਹੇ ਹੋ। ਬਹੁਤ ਧੰਨਵਾਦ ਕੈਂਗਰਾ ਸਾਹਿਬ ਤੁਹਾਡੇ ਕੋਲ, ਤੁਹਾਡਾ ਮੇਰੇ ਕੋਲ ਵਕਤ ਨਹੀਂ ਹੈ ਸਰ, ਬਟਵਾਈ ਤੁਹਾਡਾ ਵੀ ਬਹੁਤ ਧੰਨਵਾਦ, ਗੁਰਪ੍ਰੀਤ ਚਾਵਲਾ ਤੁਹਾਡਾ ਵੀ ਬਹੁਤ ਇੰਪੋਰਟੈਂਟ ਇਨਪੁਟ ਤੁਸੀਂ ਦਿੱਤੀ ਹੈ ਗੁਰਪ੍ਰੀਤ ਚਾਵਲਾ ਗਰਾਊਂਡ ਤੋਂ। ਕੁਛ ਥਾਵਾਂ 'ਤੇ ਇਹਨਾਂ ਸਿਆਸਤਦਾਨਾਂ ਦੀ ਆਵਾਜ਼ ਸਾਡੇ ਕੋਲ ਨਹੀਂ ਪਹੁੰਚ ਸਕੀ, ਪਰ ਇਹ ਮੰਚ ਲਗਾਤਾਰ ਆਵਾਜ਼ ਚੁੱਕਦਾ ਰਹੂਗਾ, ਉਹਨਾਂ ਪਰਿਵਾਰਾਂ ਦੀ ਆਵਾਜ਼ ਵੀ ਚੁੱਕੂਗਾ ਜਿਹੜੇ ਇਸ ਤੋਂ ਪਹਿਲਾਂ ਇਸੇ ਸ਼ਰਾਬ ਦੇ ਕਹਿਰ ਦੇ ਹੇਠ ਆਪਣੀ ਜ਼ਿੰਦਗੀ ਹੰਡਾ ਰਹੇ ਆ, ਅਤੇ ਹੁਣ ਉਹ ਪੀੜਿਤ ਪਰਿਵਾਰ ਆ ਜਿਹੜੇ ਉਹ ਵੀ ਇਨਸਾਫ ਮੰਗਦੇ ਪਏ ਹੈਗੇ ਆ, ਸਾਰੇ ਪਰਿਵਾਰਾਂ ਦੀ ਸੁਣਨੀ ਪਊਗੀ। ਅਸੀਂ ਲੋਕਾਂ ਦੀ ਗੱਲ ਕਰ ਰਹੇ ਹਾਂ, ਇਹ ਸਿਆਸੀ ਨਕਸਸ ਆ ਜਿਹੜਾ ਉਹ ਇਹ ਮਾਹਰ ਮਹਿਮਾਨ ਇਹ ਵੀ ਮੰਨ ਕੇ ਆ, ਸਿਆਸੀ ਨਕਸਸ ਟੁੱਟਦਾ ਨਹੀਂ ਪਿਆ ਹੈਗਾ। ਕਿਉਂ ਨਹੀਂ ਟੁੱਟਦਾ ਪਿਆ? ਉੱਥੇ ਦੇ ਲੋਕਾਂ ਦੀ ਕੀ ਜ਼ਿੰਮੇਵਾਰੀ ਹੈਗੀ ਆ, ਸਿਸਟਮ ਕਿਸ ਤਰੀਕੇ ਨਾਲ ਕੰਮ ਕਰਦਾ ਹੈਗਾ, ਇਕੱਲੇ ਸਵਾਲ ਸਿਸਟਮ 'ਤੇ ਆ ਜਾਂ ਸੁਸਾਇਟੀ 'ਤੇ ਵੀ ਹੋਣੇ ਚਾਹੀਦੇ ਆ, ਪਰ ਸਾਡਾ ਸਵਾਲ ਇੱਕੋ ਹੈ, ਕੌਣ ਚਾਹੁੰਦਾ ਕਿ ਬਲਦੇ ਰਹਿਣ ਸਵੇ? ਇਸ ਦਾ ਜਵਾਬ ਮੰਗਿਆ ਜਾਵੇਗਾ ਲਗਾਤਾਰ। ਬਹੁਤ ਧੰਨਵਾਦ।